ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਸਾਡਾ ਸ਼ੋਅ ਅੰਨਦਾਤਾ। ਦੋਸਤੋ, ਪਾਣੀ ਜੀਵਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਜ਼ਮੀਨ ਵਿੱਚੋਂ ਪਾਣੀ ਮੁੱਕ ਜਾਂਦਾ ਤਾਂ ਉਹ ਜ਼ਮੀਨ ਆ ਜਿਹੜੀ ਰੇਗਿਸਤਾਨ ਦਾ ਰੂਪ ਧਾਰਨ ਕਰ ਲੈਂਦੀ ਆ। ਜੇਕਰ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ। ਪੰਜਾਬ ਦੀ ਬਹੁ ਗਿਣਤੀ ਲੋਕ ਸ਼ਹਿਰੀਕਰਨ ਇਸ ਦਾ ਜ਼ਿੰਮੇਵਾਰ ਹੈ, ਪਰ ਅੱਜ ਕੱਲ੍ਹ ਜਿਹੜਾ ਕਸੂਰਵਾਰ ਠਹਿਰਾਇਆ ਜਾ ਰਿਹਾ ਉਹ ਪੰਜਾਬ ਦੇ ਕਿਸਾਨਾਂ ਨੂੰ ਠਹਿਰਾਇਆ ਜਾ ਰਿਹਾ, ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਜਿਹੜੀ ਆ ਸਮਰਸੀਬਲ ਲਗਾ ਲਗਾ ਕੇ, ਲੋਕਾਂ ਨੇ ਸਮਰਸੀਬਲ ਲਗਾ ਲਗਾ ਕੇ ਜ਼ਮੀਨ ਵਿੱਚੋਂ ਜਿਹੜਾ ਪਾਣੀ ਆ ਉਹ ਭਾਅ ਬਣਾ ਛੱਡਿਆ। ਪਰ ਬਦਲਦੇ ਸਮੇਂ ਦੇ ਨਾਲ ਕੁਝ ਕਿਸਾਨ ਨੇ ਇਸ ਸਮੱਸਿਆ ਪ੍ਰਤੀ ਚੇਤਨ ਹੋਏ ਨੇ ਅਤੇ ਉਹਨਾਂ ਨੇ ਆਪਣੇ ਖੇਤੀ ਧੰਦੇ ਨੂੰ ਜਿਹੜਾ ਆ ਉਹ ਬਦਲਿਆ ਅਤੇ ਉਹਨਾਂ ਨੇ ਖੇਤਾਂ ਵਿੱਚ ਉਹ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਨੇ ਜਿਹੜੀਆਂ ਬਹੁਤ ਘੱਟ ਪਾਣੀ ਦੀ ਵਰਤੋਂ ਕਰਦੀਆਂ ਨੇ। ਅਜਿਹੇ ਹੀ ਇੱਕ ਕਿਸਾਨ ਸਰਦਾਰ ਗੁਰਮਿੱਤਰ ਸਿੰਘ ਜੀ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ। ਉਹਨਾਂ ਦਾ ਪਿੰਡ ਹੈਗਾ ਜੀ ਬਗੌਰ, ਤਹਿਸੀਲ ਖੰਨਾ ਅਤੇ ਜ਼ਿਲ੍ਹਾ ਲੁਧਿਆਣਾ। ਉਹ ਆਪਣੇ ਖੇਤਾਂ ਦੇ ਵਿੱਚ ਘੱਟ ਪਾਣੀ ਵਾਲੀਆਂ ਫਸਲਾਂ ਪੈਦਾ ਕਰਦੇ ਨੇ। ਇਸ ਤੋਂ ਇਲਾਵਾ ਜਿਹੜਾ ਉਹ ਅਨਾਜ ਉਗਾਉਂਦੇ ਨੇ ਉਹ ਮੂਲ ਅਨਾਜ ਹੈ, ਜਿਹੜਾ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਇਸ ਬਾਰੇ ਬਹੁਤੀ ਕੋਈ ਜਾਣਕਾਰੀ ਨਹੀਂ। ਅਤੇ ਅੱਜ ਅਸੀਂ ਉਹਨਾਂ ਦੇ ਪਿੰਡ ਚੱਲਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰੀਕੇ ਦੀ ਜਿਹੜੀ ਉਹ ਖੇਤੀਬਾੜੀ ਕਰ ਰਹੇ ਅਤੇ ਕਿਵੇਂ ਆ ਜਿਹੜਾ ਉਹ ਪਾਣੀ ਦੀ ਬੱਚਤ ਕਰਦੇ ਨੇ। ਆਓ ਜੀ ਚੱਲਦੇ ਹਾਂ ਉਹਨਾਂ ਦੇ ਪਿੰਡ 'ਤੇ ਗੱਲਬਾਤ ਕਰਦੇ ਹਾਂ। ਇਸ ਵਕਤ ਮੇਰੇ ਨਾਲ ਮੌਜੂਦ ਨੇ ਜੀ ਸਰਦਾਰ ਗੁਰਮਿੱਤਰ ਸਿੰਘ ਜੀ। ਗੁਰਮਿੱਤਰ ਜੀ, ਤੁਹਾਡਾ ਸਾਡੇ ਸ਼ੋਅ ਅੰਦਾਜ਼ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ। ਅਤੇ ਸਰਦਾਰ ਸਾਹਿਬ, ਜਿਵੇਂ ਕਿ ਤੁਸੀਂ ਲੰਬੇ ਅਰਸੇ ਤੋਂ ਜਿਹੜੀ ਜੈਵਿਕ ਖੇਤੀ ਕਰਦੇ ਆ ਰਹੇ ਹੋ, ਅਤੇ ਸਾਨੂੰ ਦੱਸੋ ਕਿ ਇਹ ਜਿਹੜੀ ਖੇਤੀ ਹੈ, ਤੁਸੀਂ ਜੈਵਿਕ ਖੇਤੀ ਕਦੋਂ ਸ਼ੁਰੂ ਕੀਤੀ ਅਤੇ ਇਸ ਤੋਂ ਪਹਿਲਾਂ ਕੀ ਕਰਦੇ ਸੀ? ਇਸ ਤੋਂ ਪਹਿਲਾਂ ਮੈਂ ਜਿਹੜੀ ਜੈਵਿਕ ਖੇਤੀ ਹੈ 15 ਅਗਸਤ 2007 ਤੋਂ ਸ਼ੁਰੂ ਕੀਤੀ ਆ। ਇਸ ਤੋਂ ਪਹਿਲਾਂ ਮੈਂ ਦਾਣਾ ਮੰਡੀ 'ਚ ਆੜ੍ਹਤੀਆਂ ਦੇ ਅਕਾਊਂਟੈਂਟ ਦਾ ਕੰਮ ਕਰਦਾ ਸੀਗਾ, ਜਿਹਨੂੰ ਕਿ ਪੰਜਾਬੀ ਭਾਸ਼ਾ 'ਚ ਮਨੀਮੀ ਕਿਹਾ ਜਾਂਦਾ। ਅਤੇ ਉਹ ਮਨੀਮੀ ਦੌਰਾਨ ਮੈਨੂੰ ਲੱਗਿਆ ਵੀ ਆਪਾਂ ਨੂੰ ਘਰ ਦਾ ਕੰਮ ਕਰਨਾ ਚਾਹੀਦਾ, ਕਿਉਂਕਿ ਪ੍ਰਾਈਵੇਟ ਕੰਮ ਨਾਲੋਂ ਮੈਨੂੰ ਇਹ ਵਧੀਆ ਲੱਗਿਆ। ਮੈਂ ਖੇਤੀ ਸ਼ੁਰੂ ਕਰ ਲਈ 2005 'ਚ। ਖੇਤੀ ਸੀਗੀ ਕੈਮੀਕਲ, ਕਿਉਂਕਿ ਜਿਹੜਾ ਬੰਦੇ ਨੂੰ ਲਿਖਣ ਦਾ ਹੁੰਦੀ ਆਦਤ, ਮੈਂ ਹਿਸਾਬ ਲਿਖਣਾ, ਜਦ ਸਾਰਾ ਹਿਸਾਬ ਕੱਢ ਲਿਆ ਵੀ ਆਪਣੀ ਕਾਫੀ ਕਮਾਈ ਤਾਂ ਕੈਮੀਕਲ 'ਚ ਜਾ ਰਹੀ ਆ। ਪਰ ਇਹ ਦਿਮਾਗ 'ਚ ਸੀਗਾ ਵੀ ਪੁਰਾਣੇ ਬਜ਼ੁਰਗ ਵੀ 1968-65 ਤੋਂ ਪਹਿਲਾਂ ਬਗੈਰ ਜ਼ਹਿਰਾਂ ਤੋਂ ਖੇਤੀ ਕਰਦੇ, ਵੀ ਚਲੋ ਆਪਾਂ ਕਰਕੇ ਦੇਖ ਲੈਂਦੇ ਹਾਂ ਵੀ ਕੀ ਕੁਛ ਨਾ ਕੁਛ ਤਾਂ ਲੱਭੂਗਾ ਹੀ। ਅਤੇ ਮੈਂ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਤੀ, ਉਹਦੇ ਵਿੱਚ ਮੂਲੀਆਂ ਜਾਂ ਜੋ ਮੌਸਮੀ ਸੀਗੀਆਂ ਉਹ ਬੀਜੀਆਂ ਅਤੇ ਉਹ ਵਧੀਆ ਹੋ ਗਈਆਂ ਅਤੇ ਉਹ ਸ਼ੁਰੂਆਤ ਚੱਲ ਪਈ। ਅਤੇ ਫਿਰ ਮੈਂ ਉਸ ਤੋਂ ਬਾਅਦ ਖੇਤੀ ਕਰਦਾ ਗਿਆ, ਅਤੇ ਪਰ ਗਿਆਨ ਦੀ ਬਹੁਤ ਕਮੀ ਸੀਗੀ। ਜੇ ਬੰਦਾ ਕੋਈ ਸਹੀ ਕੰਮ ਕਰਦਾ ਤਾਂ ਪਰਮਾਤਮਾ ਉਹਦੀ ਮਦਦ ਕਰਦਾ। ਅਤੇ ਸਾਡੇ ਨੇੜੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦਾ ਜਨਮ ਸਥਾਨ ਪਿੰਡ ਰਾਜੇਵਾਲ ਹੈ, ਉੱਥੇ ਜਨਮ ਸਥਾਨ 'ਤੇ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ। ਸਾਡੇ ਕੋਈ ਸੰਬੰਧੀ ਉੱਥੇ ਗਏ, ਉਹਨਾਂ ਦੇ ਜਨਮ 'ਤੇ ਉਹ ਜੋ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਅਤੇ ਉੱਥੇ ਉਹਨਾਂ ਵੱਲੋਂ ਲਿਟਰੇਚਰ ਵੰਡਣ ਦੀ ਜੋ ਪਰੰਪਰਾ ਸੀਗੀ, ਉਹਨਾਂ ਨੇ ਕੁਦਰਤੀ ਖੇਤੀ ਕਿਵੇਂ ਕਰੀਏ ਦੀ ਕਿਤਾਬ ਵੀ ਬਹੁਤ ਸਾਰੇ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਜੋ ਆਏ ਵੰਡੀਆਂ, ਅਤੇ ਉਹ ਕਿਤਾਬ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਲ ਪਹੁੰਚ ਗਈ। ਜਦੋਂ ਮੈਨੂੰ ਕਿਤਾਬ ਪੜ੍ਹੀ ਤਾਂ ਬਹੁਤ ਹੀ
ਮਨ ਨੂੰ ਖੁਸ਼ੀ ਮਿਲੀ ਵੀ ਪਰਮਾਤਮਾ ਦੀ ਕਿੰਨੀ ਕਿਰਪਾ ਹੋਈ ਆ, ਵੀ ਜਿਹੜੀ ਚੀਜ਼ ਦਾ ਗਿਆਨ ਹੀ ਨਹੀਂ ਸੀਗਾ ਅੱਜ ਉਹ ਚੀਜ਼ ਆਪਣੇ ਆਪ ਪਹੁੰਚ ਗਈ, ਤਾਂ ਪਰਮਾਤਮਾ ਦੀ ਧੰਨਵਾਦ ਕੀਤਾ। ਅਤੇ ਉਸ ਤੋਂ ਬਾਅਦ ਮੈਂ ਕੁਦਰਤੀ ਖੇਤੀ ਸ਼ੁਰੂ ਕਰਤੀ, ਜਿਵੇਂ ਕਹਿੰਦੇ ਨੇ ਵੀ ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਮੈਨੂੰ ਤਾਂ ਕਿਸ਼ਤੀ ਮਿਲ ਗਈ ਸੀਗੀ, ਫਿਰ ਪਿੱਛੇ ਮੁੜ ਕੇ ਦੇਖਣ ਦੀ ਮੈਨੂੰ ਜ਼ਰੂਰਤ ਨਹੀਂ ਪਈ। ਅਤੇ ਜੇਕਰ ਸ਼ੁਰੂਆਤ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਿੰਨੇ ਏਕੜ ਤੋਂ ਸ਼ੁਰੂ ਕੀਤਾ, ਅਤੇ ਇਸ ਵਿੱਚ ਕਿਹੜੀ ਜਿਹੜੀ ਪਹਿਲੀ ਫਸਲ ਉਗਾਈ ਤੁਸੀਂ, ਕਿਸ ਤੋਂ ਸ਼ੁਰੂਆਤ ਕੀਤੀ? ਮੇਰੀ ਪਹਿਲੀ ਫਸਲ ਲੋਬੀਆ ਸੀ, ਕਿਉਂਕਿ ਲੋਬੀਆ ਮੈਂ ਇਸ ਲਈ ਚੁਣਿਆ ਸੀ ਵੀ ਘੱਟ ਪਾਣੀ ਨਾਲ ਹੋ ਜਾਂਦਾ, ਅਤੇ ਇਹ ਧਰਤੀ ਨੂੰ ਤਾਕਤ ਵੀ ਦਿੰਦਾ, ਨਾਈਟ੍ਰੋਜਨ ਫਿਕਸ ਕਰਦਾ, ਅਤੇ ਖਾਸ ਗੱਲ ਇਹ ਸੀਗੀ ਇਹਦਾ ਰੇਟ ਵੀ ਮੰਡੀ 'ਚ ਵਧੀਆ ਮਿਲ ਜਾਂਦਾ, ਕਿਉਂਕਿ ਬਰੀਕ ਫਲੀਆਂ ਹੋਣ ਕਰਕੇ ਲੇਬਰ ਵੱਧ ਪੈਂਦੀ, ਆਮ ਲੋਕ ਇਹਨੂੰ ਬੀਜ ਕੇ ਘੱਟ ਰਾਜੀ ਨੇ, ਕਿਉਂਕਿ ਅੱਜ ਕੱਲ੍ਹ ਵੀ ਜਾਂ ਪੁਰਾਣੇ ਸਮੇਂ 'ਚ ਵੀ, ਅੱਜ ਤੋਂ 10-12 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਉਸ ਸਮੇਂ ਵੀ ਬਰੀਕ ਫਸਲਾਂ ਦਾ ਜਿਹੜੀਆਂ ਮਿਹਨਤ ਲੈਂਦੀਆਂ ਨੇ ਉਹਦਾ ਰੇਟ ਵਧੀਆ ਮਿਲਦਾ ਸੀ। ਜਿਵੇਂ ਕਿ ਮੂਲ ਅਨਾਜ ਦੀ ਗੱਲ ਕਰੀਏ, ਉਹਦੇ ਬਾਰੇ ਵੀ ਤੁਸੀਂ ਜਾਣੀ ਜਾਂਦੇ ਹੋ ਕਿ ਜਿਹੜੇ ਖੇਤਾਂ ਦੇ ਵਿੱਚ ਤੁਸੀਂ ਜਿਹੜਾ ਪੁਰਾਤਨ ਬੀਜ ਸੀਗੇ, ਜਿਹੜੀ ਪੁਰਾਤਨ ਫਸਲਾਂ ਸੀਗੀਆਂ ਜਿਹੜੀਆਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ, ਉਹਦੀ ਖੇਤੀ ਵੀ ਕਰਦੇ ਹੋ, ਇਹਦੇ ਬਾਰੇ ਸਾਨੂੰ ਦੱਸੋ ਕਿਹੜੀਆਂ ਕਿਹੜੀਆਂ ਫਸਲਾਂ ਨੇ, ਥੋੜ੍ਹੀ ਜਿਹੀ ਜਾਣਕਾਰੀ ਸਾਂਝੀ। ਹਾਂਜੀ, ਇਹਦੇ ਬਾਰੇ ਮੈਨੂੰ ਪਹਿਲਾਂ ਤਾਂ ਮੈਂ ਬੀਜਿਆ ਨਹੀਂ, ਮੈਨੂੰ ਇਹ ਜਾਣਕਾਰੀ ਹੋਣੀ ਸੀਗੀ ਵੀ ਹਾਈਬ੍ਰਿਡ ਬੀਜ ਆਪਣੀ ਖੇਤੀ ਕੁਦਰਤੀ ਖੇਤੀ ਲਈ ਵਰਤੇ ਨਹੀਂ ਜਾਣੇ ਚਾਹੀਦੇ, ਕਿਉਂਕਿ ਇਹ ਜ਼ਰੂਰੀ ਨਹੀਂ ਹੈਗਾ। ਅਤੇ ਮੈਂ 29/11/2017 'ਚ ਖੇਤੀ ਵਿਰਾਸਤ ਮਿਸ਼ਨ ਨਾਲ ਜੁੜਿਆ, ਅਤੇ ਉਹਨਾਂ ਤੋਂ ਮੈਨੂੰ ਜਾਣਕਾਰੀ ਮਿਲੀ ਵੀ ਆਪਾਂ ਨੂੰ ਤਾਂ ਪੁਰਾਣੇ ਬੀਜ ਵਰਤਣੇ ਚਾਹੀਦੇ, ਤੁਸੀਂ ਬੀਜ ਨਹੀਂ ਸਹੀ ਵਰਤ ਰਹੇ। ਫਿਰ ਮੈਨੂੰ ਪੁਰਾਣੇ ਬੀਜ ਇੱਕਣ ਕੰਗਣੀ, ਕੋਧਰਾ, ਰਾਗੀ, ਬਾਜਰਾ, ਜਵਾਰ, ਜੋ ਆਪਣੇ ਇਹ ਮੂਲ ਅਨਾਜ ਸਨ ਜਦੋਂ ਕਿ ਆਪਣੇ ਬਜ਼ੁਰਗ ਇਹਦੀ ਖੇਤੀ ਕਰਦੇ ਸਨ, ਪਰ ਅੱਜ ਆਪਾਂ ਨੂੰ ਮੂਲ ਅਨਾਜਾਂ ਬਾਰੇ ਤਾਂ ਪੂਰਾ ਵੀ ਨਹੀਂ ਪਤਾ, ਜਦੋਂ ਕਿ ਅਲਕਲਾਈਨ ਭੋਜਨ ਹੈ, ਦੂਏ ਭੋਜਨ ਨੂੰ ਆਪਾਂ ਐਸਿਡਿਕ ਗਿਣਦੇ ਹਾਂ, ਕਣਕ ਆਪਣੀ ਸਿਹਤ ਲਈ ਫਾਇਦੇਮੰਦ ਨਹੀਂ, ਬੱਚਿਆਂ ਨੂੰ ਐਲਰਜੀਆਂ ਹੋਣ ਲੱਗ ਗਈਆਂ, ਗਲੂਟਨ ਤੱਤ ਵੀ ਨੁਕਸਾਨ ਕਰ ਰਿਹਾ। ਪਰ ਇਹਦੀ ਇੱਕ ਖਾਸੀਅਤ ਇਹ ਆ ਵੀ ਜਿੱਕਣ ਰਾਗੀ ਦੀ ਗੱਲ ਕਰਾਂ ਮੈਂ, ਰਾਗੀ ਦੀ ਫਸਲ ਹੈ ਜੋ ਬਹੁਤ ਘੱਟ ਪਾਣੀ ਨਾਲ ਹੋ ਜਾਂਦੀ ਆ, ਅਤੇ ਇਹਦੀ ਅੱਜ ਕੱਲ੍ਹ ਡਾਕਟਰ ਵੀ ਲਿਖਦੇ ਨੇ ਜਾਂ ਮਰੀਜ਼ਾਂ ਨੂੰ ਦੱਸਦੇ ਨੇ ਤੁਸੀਂ ਰਾਗੀ ਦਾ ਆਟਾ ਖਾਓ, ਕਿਉਂਕਿ ਇਹ ਆਪਣੇ ਐਂਟੀ ਕੈਂਸਰ ਵੀ ਆ ਅਤੇ ਹੱਡੀਆਂ ਲਈ ਵੀ, ਕਿਉਂਕਿ ਕੈਲਸ਼ੀਅਮ ਅਤੇ ਫਾਈਬਰ ਇਹਦੇ ਵਿੱਚ ਕਾਫੀ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਨੇ, ਅਤੇ ਘੱਟ ਪਾਣੀ ਦੀ ਫਸਲ ਆ ਅਤੇ ਰੇਟ ਇਹਦਾ ਵਧੀਆ ਮਿਲ ਜਾਂਦਾ, ਤਕਰੀਬਨ ਮੇਰੇ ਹਿਸਾਬ ਨਾਲ 65 ਤੋਂ ਲੈ ਕੇ 100 ਰੁਪਏ ਤੋਂ ਉੱਪਰ ਤੱਕ ਇਹ ਵਿਕ ਜਾਂਦਾ ਜੇ ਕੁਦਰਤੀ ਖੇਤੀ 'ਚ ਤਿਆਰ ਕੀਤਾ ਹੋਵੇ। ਤੁਸੀਂ ਰਾਗੀ ਫਸਲ ਦੀ ਗੱਲ ਕਰਦੇ ਹੋ, ਇਹਦੇ ਬਾਰੇ ਸਾਨੂੰ ਦੱਸੋ ਵੀ ਜਿਹੜੀ ਫਸਲ ਹੈ, ਕਿਉਂਕਿ ਬਹੁਤ ਸਾਰੇ ਦਰਸ਼ਕ ਨੇ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ, ਅੱਜ ਕੱਲ੍ਹ ਤਾਂ ਬਸ ਕਣਕ, ਝੋਨਾ, ਜਿਹੜੀ ਹੋਰ ਅੱਜ ਕੱਲ੍ਹ ਬੀਜੀ ਉਹਨਾਂ ਬਾਰੇ ਹੀ ਜਿਹੜੀ ਜਾਣਕਾਰੀ ਹੁੰਦੀ ਹੈ, ਅਤੇ ਜਿਹੜੀ ਤੁਸੀਂ ਰਾਗੀ ਫਸਲ ਦੀ ਗੱਲ ਕਰਦੇ ਹੋ, ਇਹ ਕਿਵੇਂ ਦੀ ਫਸਲ ਹੈ, ਕਿੰਨੇ ਜਿਹੜਾ ਕਿਹੜਾ ਇਹਦਾ ਸੀਜ਼ਨ ਹੈ, ਕਦੋਂ ਇਹ ਉੱਗਦੀ ਆ, ਅਤੇ ਇਹ ਕਿਹੜੀ ਫਸਲ ਦੇ ਤੌਰ 'ਤੇ ਉਗਾਈ ਜਾ ਸਕਦੀ ਹੈ, ਕਿਹਦਾ ਅਲਟਰਨੇਟਿਵ ਹੈ, ਇਹਦੇ ਬਾਰੇ ਸਾਨੂੰ ਦੱਸੋ। ਹਾਂਜੀ, ਇਹ ਆਪਣੇ ਜਿੱਕਣ ਆਪਾਂ ਝੋਨਾ ਉਗਾਉਂਦੇ ਹਾਂ, ਝੋਨੇ ਦੇ ਨਾਲ ਹੀ ਉਗਾਈ ਜਾ ਸਕਦੀ ਹੈ, ਇਸੇ ਰੁੱਤ ਦੀ ਫਸਲ ਹੈ, ਅਤੇ ਇਹਦੀ ਆਪਾਂ ਪਨੀਰੀ ਤਿਆਰ ਕਰ ਲਓ, ਇਹਦੇ ਦਾਣੇ ਜਿੱਕਣ ਆਪਣੇ ਸਰ੍ਹੋਂ ਦੇ ਦਾਣੇ ਹੁੰਦੇ ਨੇ ਉਸ ਆਕਾਰ ਦੇ ਹੁੰਦੇ ਨੇ, ਅਤੇ ਉਹਨਾਂ ਨੂੰ ਪਨੀਰੀ ਰਲਾ ਕੇ ਬੀਜੋ, ਜਦ ਬੀਜਣੀ ਆ ਬੀਜ ਕੇ ਪਾਣੀ ਲਾ ਦਿਓ, ਅਤੇ ਬਾਅਦ ਵਿੱਚ ਗੜਾਈਆਂ ਕਰੋ, ਅਤੇ ਇਹ ਬੜੇ ਆਰਾਮ ਨਾਲ ਹੋ ਜਾਂਦੀ ਹੈ, ਘੱਟ ਪਾਣੀ ਵਾਲੀ ਫਸਲ ਹੈ, ਅਤੇ ਸੋਕਾ ਵੀ ਝੱਲਦੀ ਆ, ਅਤੇ ਪੰਜਾਬ ਦੇ ਵਿੱਚ ਜੇ ਆਪਾਂ ਜੀਰੀ ਦੇ ਬਦਲ ਵਜੋਂ ਇਹਨੂੰ ਅਪਣਾਈਏ, ਗਾਹਕਾਂ ਨੂੰ ਪਤਾ ਲੱਗੇ, ਉਹਦੀ ਖਰੀਦਦਾਰ ਬਣਨ ਵੀ ਸਿਹਤ ਲਈ ਫਾਇਦੇਮੰਦ ਹੈ, ਕਿਉਂਕਿ ਇਕੱਲਾ ਕਿਸਾਨ ਨਹੀਂ ਕੁਛ ਕਰ ਸਕਦਾ, ਜੇ ਉਹਦਾ ਖਰੀਦਦਾਰ ਨਹੀਂ ਉਹ ਰਾਗੀ ਬੀਜ ਲੂ ਵੇਚੂ ਕਿੱਥੇ, ਲੋਕਾਂ ਨੂੰ ਵੀ ਆਪਣੀ ਸਿਹਤ ਬਾਰੇ ਸੋਚਣਾ ਚਾਹੀਦਾ, ਇਸ ਕਰਕੇ ਰਾਗੀ ਤਾਂ ਹੀ ਵਧੂ ਜੇ ਖਰੀਦਦਾਰ ਹੋਣਗੇ। ਹੋਰ ਵੀ ਤੁਸੀਂ ਕਾਫੀ ਜਿਹੜਾ ਫਸਲਾਂ ਉਗਾਈਆਂ ਹੋਈਆਂ ਨੇ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਂਦੇ ਹਾਂ, ਅਤੇ ਆਪਾਂ ਚੱਲਦੇ ਜੀ ਖੇਤ ਦੇ ਵਿੱਚ, ਅਤੇ ਉਹਦੇ ਖੇਤ ਵਿੱਚ ਜਾ ਕੇ ਉਸ ਫਸਲ ਬਾਰੇ ਗੱਲਬਾਤ ਕਰਦੇ ਹਾਂ। ਚਲੀ ਜੀ,
ਇਸ ਵਕਤ ਅਸੀਂ ਜਿਹੜਾ ਕੇਲਿਆਂ ਦਾ ਖੇਤ ਹੈ ਉਸ ਵਿੱਚ ਖੜ੍ਹੇ ਹਾਂ ਅਤੇ ਤਕਰੀਬਨ 70 ਤੋਂ 80 ਦੇ ਕਰੀਬ ਇੱਥੇ ਬੂਟੇ ਨੇ। ਸਰਦਾਰ ਸਾਹਿਬ, ਜੋ ਤੁਸੀਂ ਦੱਸ ਰਹੇ ਸੀ ਕਿ ਵੀ ਤੁਸੀਂ ਕੇਲਿਆਂ ਦੀ ਫਸਲ ਵੀ ਇਹ ਉਗਾਈ ਹੋਈ ਆ, ਇਹਦੇ ਬਾਰੇ ਹੋਰ ਕੀ ਜਾਣਕਾਰੀ? ਹਾਂਜੀ, ਜੋ ਕੇਲਿਆਂ ਦੀ ਫਸਲ ਆ ਉਹ ਪਹਿਲਾਂ ਸੀਗਾ 300 ਬੂਟਾ, ਅਤੇ ਇਹਦੇ ਵਿੱਚ ਸੱਪਾਂ ਦੀ ਗਿਣਤੀ ਵੱਧ ਗਈ, ਕਿਉਂਕਿ ਆਲੇ ਦੁਆਲੇ ਕੈਮੀਕਲ ਖੇਤੀ ਹੋ ਗਈ ਜਾਂ ਕੁਛ ਵੀ ਹੋ ਗਿਆ, ਜਾਣੀ ਸੱਪਾਂ ਨੂੰ ਇਹ ਕੇਲਾ ਬਹੁਤ ਪਸੰਦ ਹੈ। ਫਿਰ ਸਾਡੇ ਖੇਤ ਵਿੱਚ ਆਮ ਕਿਸਾਨ ਜਾਂ ਹੋਰ ਬਹੁਤ ਲੋਕ ਆਉਂਦੇ ਰਹਿੰਦੇ ਸੀਗੇ, ਮੈਂ ਸੋਚਿਆ ਵੀ ਜਦੋਂ ਕੋਈ ਬਾਹਰੋਂ ਆਉਂਦਾ ਤਾਂ ਉਹ ਸੁੰਦਰਤਾ ਦੇਖਣ ਲੱਗ ਜਾਂਦਾ, ਪੈਰਾਂ ਕਿਹੜੀ ਨਹੀਂ ਦੇਖਦਾ, ਵੀ ਹੇਠਾਂ ਕਈ ਵਾਰੀ ਸੱਪ ਪਏ ਰਹਿੰਦੇ ਸੀਗੇ। ਫਿਰ ਅਸੀਂ ਘਟਾ ਕੇ ਹੁਣ ਅੱਧੇ ਬੂਟੇ ਵੱਢ ਕੇ 150 ਬੂਟਾ ਕਰਤਾ। ਇਹਦਾ ਇੱਕ ਵਿਗਿਆਨਿਕ ਵੀ, ਜਿੰਨਾ ਪੌਦਾ ਦੂਰ ਹੋਊਗਾ ਉਹਨੂੰ ਸੂਰਜ ਦੀ ਰੌਸ਼ਨੀ ਵੱਧ ਮਿਲੂ ਤਾਂ ਉਤਪਾਦਨ ਨਹੀਂ ਘਟੂਗਾ। ਇਹਦਾ ਸੀਜ਼ਨ ਕਿਹੜਾ, ਕਿੰਨੇ ਕੁ ਸਾਰਾ ਸਾਲ ਹੀ ਚੱਲੀ ਜਾਂਦੇ ਨੇ, ਕੁਝ ਕੁ ਮਹੀਨੇ ਹੁੰਦੇ ਨੇ ਵੀ ਸਮੇਂ ਦੇ ਵਿੱਚ ਜ਼ਿਆਦਾ ਹੁੰਦੀ ਆ, ਅਤੇ ਦੂਜੀ ਨੂੰ ਬਿਮਾਰੀ ਕੀ ਲੱਗਦੀ ਅਤੇ ਪਾਣੀ ਦੀ ਕਿੰਨੀ ਕੁ ਜ਼ਰੂਰਤ ਹੁੰਦੀ? ਹਾਂਜੀ, ਕੇਲਾ ਆਮ ਲੋਕਾਂ ਦੇ ਵਿੱਚ ਕਹਾਵਤ ਹੈ ਵੀ ਕੇਲਾ ਸਭ ਤੋਂ ਵੱਧ ਪਾਣੀ ਮੰਗਦਾ, ਪਰ ਜੋ ਮੇਰਾ ਰਿਜ਼ਲਟ ਹੈ ਵੀ ਕੇਲਾ ਵੀ ਬਿਨਾਂ ਪਾਣੀ ਤੋਂ ਹੋ ਸਕਦਾ ਜੇ ਤੁਹਾਡੀ ਖੇਤੀ ਸਹੀ ਹੋ ਗਈ, ਕਿਉਂਕਿ ਆਪਣੀ ਜ਼ਮੀਨ ਤਾਂ ਮਰੀ ਪਈ ਆ, ਕਿਉਂਕਿ ਉਹਦੇ ਜੀਵਾਣੂ ਹੀ ਨਹੀਂ ਹੈਗੇ, ਕੈਮੀਕਲਾਂ ਨੇ ਖਤਮ ਕਰਤਾ। ਅਤੇ ਫਿਰ ਮੇਰਾ ਤਜਰਬਾ ਸਫਲ ਉਦੋਂ ਹੋ ਗਿਆ ਜਦੋਂ ਸਾਡਾ ਕੇਲਾ ਘੱਟ ਪਾਣੀ ਦਾ ਹੋ ਗਿਆ, ਅਤੇ ਜਦੋਂ ਇਹ ਆਪਣੇ ਹਾੜੀ ਵੱਢੀ ਜਾਂਦੀ ਆ ਉਸ ਟਾਈਮ ਇਹ ਕਮਲਾ ਜਿਹਾ ਹੋ ਜਾਂਦਾ, ਜਦੋਂ ਇੱਕ ਅੱਧਾ ਮੀਂਹ ਪੈਂਦਾ ਫਿਰ ਇਹ ਜਾਣੀ ਸਭ ਕੁਝ ਸਾਂਭ ਜਾਂਦਾ। ਹੁਣ ਬਰਸਾਤ ਦੇ ਵਿੱਚ ਇਹਨੂੰ ਇੰਨਾ ਜਾਣੀ ਭਾਰੀ ਹੋ ਜਾਣਾ, ਹਾਲੇ ਸਾਈਜ਼ ਬਣਿਆ ਨਹੀਂ ਕਿ ਨਾ, ਬਰਸਾਤਾਂ ਸਟਾਰਟ ਨਹੀਂ ਹੋਈਆਂ, ਫਿਰ ਮਤਲਬ ਇਹਨੂੰ ਸਪੋਰਟਾਂ ਲਾ ਕੇ ਖੜਾਉਣਾ ਪੈਂਦਾ, ਇੰਨਾ ਭਾਰੀ ਫਰੂਟ ਲੱਗਦਾ। ਅਤੇ ਸਿਆਲ ਦੇ ਵਿੱਚ ਜਦੋਂ ਕੋਹਰਾ ਪੈਂਦਾ ਉਸ ਟਾਈਮ ਇਹ ਰੁਕ ਜਾਂਦਾ। ਬਾਕੀ ਇਹ ਕਿਹੋ ਜਿਹੀ ਫਸਲ ਹੈ, ਜਦੋਂ ਇਹਦੇ ਸੱਬੀ ਪੱਤੇ ਹੋ ਗਏ ਤਾਂ ਇਹਨੂੰ ਫਰੂਟ ਲੱਗੇ ਹੋਣਾ, ਬੂਟਾ ਕਮਜ਼ੋਰ ਆ, ਤਗੜਾ, ਕਿਹੜੀ ਮੌਸਮ ਦਾ, ਫਿਰ ਉਹ 'ਤੇ ਨਿਰਭਰ ਕਰਦਾ, ਜਾਣੀ ਇਹਨੇ ਆਪਣੇ ਸੱਬੀ ਪੱਤਿਆਂ ਤੋਂ ਬਾਅਦ ਫਰੂਟ ਦੇਣਾ ਹੀ ਦੇਣਾ। ਇਹ ਜਿਹੜਾ ਮੈਂ ਆਪ ਜੀ ਦੱਸਣ ਲੱਗਿਆ, ਜੋ ਕੇਲੇ ਦਾ ਬੂਟਾ ਹੈ ਇਹ ਤੋਂ ਫਰੂਟ ਲੈ ਲਿਆ ਗਿਆ ਪਹਿਲਾਂ, ਜਿਵੇਂ ਉਹਨੂੰ ਘੜ ਲੱਗੀ ਹੋਈ ਆ, ਅਤੇ ਇਹਦੇ ਪੱਤੇ ਵੱਢ ਲਏ, ਹੁਣ ਉੱਪਰੋਂ ਹੌਲੀ ਹੌਲੀ ਸੁੱਕਦਾ ਜਾਊਗਾ, ਜੋ ਵੀ ਇਹਦੇ ਵਿੱਚ ਪਾਣੀ ਆ ਅਤੇ ਖੁਰਾਕੀ ਤੱਤ ਨੇ ਜੋ ਵੀ ਹੈ ਇਹ ਦੂਏ ਕੇਲੇ ਨੂੰ ਮਿਲ ਜਾਣਾ। ਅਤੇ ਇਹਨੇ ਜਾਣੀ ਆਪੇ ਇਸ ਨੂੰ ਰੱਖਣ ਦਾ ਪਾਣੀ ਦੀ ਬੱਚਤ ਹੋ ਗਈ, ਕਿਉਂਕਿ ਇਹਨੂੰ ਪਾਣੀ ਚਾਹੀਦਾ, ਪਾਣੀ ਦੂਏ 'ਚ ਆ ਗਿਆ ਅਤੇ ਪਾਣੀ ਨਾਲ ਭਰਿਆ ਪਿਆ। ਅਤੇ ਕੁਦਰਤ ਨੇ ਇੰਨਾ ਕਮਾਲ ਦੀ ਚੀਜ਼ ਬਣਾਈ ਆ ਵੀ ਆਪਾਂ ਨੂੰ ਇੱਕ ਬੂਟਾ ਦੂਏ ਬੂਟੇ ਨੂੰ ਆਪਣੀ ਜਾਨ ਦੇ ਗਿਆ, ਜਿਵੇਂ ਉਹਨੂੰ ਜਿਉਂਦਾ ਕਰ ਗਿਆ। ਬਾਕੀ ਇਹਦੇ ਵਿੱਚ ਖਾਸ ਗੱਲ, ਅਸੀਂ ਤਾਂ ਥੋੜ੍ਹੇ ਜਿਹੇ ਇੱਕ ਜ਼ਿਆਦਾ ਨਹੀਂ ਵੱਢਦੇ, ਕਿਉਂਕਿ ਅਸੀਂ ਇਹਨੂੰ ਚਾਰੇ ਦਾ ਕੰਮ ਲੈਂਦੇ ਹਾਂ, ਕਿਉਂਕਿ ਇਹ ਪਸ਼ੂ ਬਹੁਤ ਖੁਸ਼ੀ ਨਾਲ ਖਾਂਦੇ ਨੇ। ਬਾਕੀ ਇਹਦੇ ਖੁਰਾਕੀ ਤੱਤ ਵੀ ਆਮ ਨਾਲੋਂ ਜ਼ਿਆਦਾ ਨੇ, ਜਿੱਕਣ ਆਪਾਂ ਹੋਰ ਚਾਰੇ ਪਾਉਂਦੇ ਹਾਂ ਅਤੇ ਅਸੀਂ ਪਸ਼ੂਆਂ ਨੂੰ ਪਾਉਂਦੇ, ਪਸ਼ੂ ਖੁਸ਼ ਹੋ ਕੇ ਖਾਂਦੇ ਨੇ, ਇਸ ਤਰ੍ਹਾਂ ਅਸੀਂ ਵੱਢੀ ਜਾਂਦੇ ਹਾਂ। ਮਤਲਬ ਮੇਨ ਇਹਦੇ ਵਿੱਚ ਜਿਹੜੀ ਸਾਈਡ ਫਰੂਟ ਲੱਗਿਆ ਉੱਪਰ ਉਹ ਦੇਖੋ, ਅਤੇ ਉਹਦੀ ਬੈਕ ਸਾਈਡ ਦਾ ਕੇਲਾ ਇੱਕ ਛੱਡ ਲੈਣਾ, ਬਾਕੀ ਇਹ ਵੱਢੀ ਜਾਣੇ ਆ। ਅਤੇ ਫਰੀ ਦੀ ਫਸਲ ਹੈ, ਇੱਕ ਵਾਰੀ 2011 'ਚ ਬੀਜੀ ਤੀ, ਬੜੀ ਵਧੀਆ ਚੱਲ ਰਹੀ ਆ, ਕੋਈ ਦਿੱਕਤ ਨਹੀਂ, ਕੋਈ ਟਰੈਕਟਰ ਨਹੀਂ, ਕੋਈ ਲੇਬਰ ਨਹੀਂ, ਅਤੇ ਚੱਲਦੀ ਵੀ ਸਾਰਾ ਐਂ ਨਹੀਂ ਹੈਗਾ ਵੀ ਫਰੂਟ ਭਾਈ ਆਪਣੀ ਕਿੰਨੂਆਂ ਦੀ ਰੁੱਤ ਆ ਗਈ, ਨਿੰਬੂਆਂ ਦੀ ਆ ਗਈ, ਜੀ ਫਰੂਟ ਤੁਹਾਡੇ ਕੋਲ ਗਰੇ ਲੱਗ ਗਏ, ਬਾਅਦ 'ਚ ਫਰੂਟ ਹੈ ਨਹੀਂ, ਸਾਰੇ ਸਾਲ ਦਾ ਹੀ ਫਰੂਟ ਕਹੂੰਗਾ। ਬੂਟੀ ਤੁਹਾਡੇ ਉੱਗੀ ਹੋਈ ਤੁਸੀਂ ਦੱਸ ਰਹੇ ਸੀਗੇ, ਇਹਦੇ ਬਾਰੇ ਤੁਹਾਨੂੰ ਦਰਸ਼ਕਾਂ ਨੂੰ ਦੱਸੋ ਵੀ ਕੀ ਕੀ ਫਾਇਦੇ ਨੇ ਜਿਹੜੀ ਤੁਹਾਡੇ ਇਹ ਬੂਟੀ ਉੱਗੀ ਹੈ, ਕੀ ਨਾਮ ਹੈ? ਹਾਂਜੀ, ਅਸੀਂ ਮਹਾਰਾਸ਼ਟਰ ਨਾਗਪੁਰ ਖੇਤੀ ਵਿਰਾਸਤ ਮਿਸ਼ਨ ਵੱਲੋਂ ਮੈਂ ਗਿਆ ਸੀ ਬੀਜਾਂ ਦੇ ਸੰਬੰਧ 'ਚ, ਉੱਥੋਂ ਅਸੀਂ ਇਹ ਲੈ ਕੇ ਆਏ ਤੀ। ਇਹਦਾ ਨਾਮ ਮਟਾੜੂ ਹੈ, ਇਹਦੀ ਆਲੂ ਵਰਗੀ ਸ਼ਕਲ ਹੁੰਦੀ ਆ, ਜਾਣੀ ਆਲੂ ਦਾ ਰੰਗ ਚਿੱਟਾ ਹੁੰਦਾ ਅਤੇ ਤੱਫੜ ਜਿਹੇ ਹੁੰਦੇ ਨੇ, ਛੋਟੇ ਛੋਟੇ ਦਾਣੇ ਜੇ, ਅਤੇ ਇਹ ਟਾਹਣੀਆਂ ਦੇ ਵੀ ਉੱਪਰ ਵੀ ਲੱਗਦਾ, ਜੜ੍ਹਾਂ 'ਚ ਵੀ ਲੱਗ ਜਾਂਦਾ, ਪਰ ਸਾਡੇ ਲੱਗਿਆ ਨਹੀਂ, ਜੜ੍ਹਾਂ ਸਾਡੇ ਰਾਣੀ ਦੇ ਉੱਪਰ ਹੀ ਲੱਗਿਆ। ਅਤੇ ਖਾਸ ਗੱਲ ਹੈ ਵੀ ਇਹ ਸ਼ੂਗਰ ਦਾ ਮਰੀਜ਼, ਜਿਹਨੂੰ ਰੋਜ਼ ਖਾਂਦਾ ਤਾਂ ਸ਼ੂਗਰ ਨੂੰ ਕੰਟਰੋਲ ਕਰਦਾ, ਜੇ ਆਪਾਂ ਲੰਬੇ ਸਫ਼ਰ 'ਤੇ ਜਾਣਾ ਇਹਨੂੰ ਉਬਾਲ ਕੇ ਦੋ ਖਾ ਲਈਏ ਤਾਂ ਇਹਨੂੰ ਭੁੱਖ ਨਹੀਂ ਲੱਗਣ ਦਿੰਦਾ। ਜਾਣੀ ਇਹ ਜੜੀ ਬੂਟੀ ਬਹੁਤ ਵਧੀਆ, ਅਤੇ ਉੱਧਰ ਆਦਿਵਾਸੀ ਜੋ ਉੱਧਰ ਲੋਕ ਸੀਗੇ ਉਹ 80 ਰੁਪਏ ਕਿਲੋ ਵੇਚਦੇ ਸੀ,
ਤੇ ਸਾਨੂੰ ਵੀ ਇਹ ਕਾਫੀ ਮੁਸ਼ਕਲ ਨਾਲ ਮਿਲਿਆ ਜਾਣੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਵੇਂ ਬਿਮਾਰੀਆਂ ਵੱਧ ਰਹੀਆਂ ਨੇ, ਆਪਾਂ ਨੂੰ ਜੜੀ ਬੂਟੀਆਂ ਉਹ ਚੀਜ਼ਾਂ ਵੱਲ ਵੀ ਧਿਆਨ ਦੇਣਾ ਪਵੇਗਾ। ਸਦਾ ਸਾਹਿਬ ਹੋਰ ਵੀ ਕਾਫੀ ਤੁਸੀਂ ਫਸਲਾਂ ਉਗਾਈਆਂ, ਉਹਨਾਂ ਦੇ ਬਾਰੇ ਵੀ ਜਾਣਕਾਰੀ ਲੈਂਦੇ ਹਾਂ। ਫਿਲਹਾਲ ਇੱਕ ਆਪਾਂ ਨਿੱਕਾ ਜਿਹਾ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਜੀ ਫਿਰ ਤੋਂ ਆਪਾਂ ਸਰਦਾਰ ਸਾਹਿਬ ਨਾਲ ਜਿਹੜੀ ਇਹਨਾਂ ਦੀ ਖੇਤੀ ਕਰਦੇ ਨੇ ਉਹਦੇ ਬਾਰੇ ਗੱਲਾਂ ਸਾਂਝੀਆਂ ਕਰਾਂਗੇ। ਮਿਲਦੇ ਜੀ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਅਤੇ ਇਸ ਵਕਤ ਮੇਰੇ ਕੋਲ ਸਰਦਾਰ ਸਾਹਿਬ ਵੱਲੋਂ ਜਿਹੜੇ ਤਿਆਰ ਕੀਤੇ ਬੀਜ ਨੇ ਉਹਨਾਂ ਵਿੱਚੋਂ ਕੁਝ ਬੀਜਾਂ ਦੀਆਂ ਕਿਸਮਾਂ ਪਈਆਂ ਨੇ, ਇਸ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ। ਸਰਦਾਰ ਸਾਹਿਬ, ਜਿਹੜੇ ਬੀਜ ਤੁਸੀਂ ਤਿਆਰ ਕੀਤੇ ਗਏ ਨੇ ਇਹਨਾਂ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਜੀ। ਹਾਂਜੀ, ਅਸਲ ਦੇ ਵਿੱਚ ਕਿਸਾਨ ਕੋਲ ਜੇ ਉਹਨੇ ਕਾਮਯਾਬ ਤਾਂ ਬੀਜ ਉਹਦਾ ਖੁਦ ਦਾ ਹੋਣਾ ਚਾਹੀਦਾ, ਕੁਦਰਤੀ ਖੇਤੀ 'ਚ ਤਾਂ ਖਾਸ ਤੌਰ 'ਤੇ। ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਸੀਗੇ, ਉਹਨਾਂ ਕੋਲ ਬੀਜ ਆਪਣੇ ਹੁੰਦੇ ਸੀਗੇ, ਅਨਾਜ ਆਪਣੇ ਹੁੰਦੇ ਸੀਗੇ, ਅਤੇ ਕਿਸਾਨਾਂ 'ਚ ਉਹਨਾਂ ਸਮਿਆਂ ਦੇ ਵਿੱਚ ਉਹ ਸ਼ਾਇਦ ਨੂਣ ਮੁੱਲ ਲੈਣ ਜਾਂਦੇ ਸੀਗੇ, ਉਹਨਾਂ ਨੂੰ ਜਾਂ ਤੇਲ ਲਿਆਉਣਾ ਪੈਂਦਾ ਸੀਗਾ ਜੋ ਕਿ ਮਿੱਟੀ ਦਾ ਦੀਵੇ 'ਚ ਵਰਤਦੇ ਸੀ, ਮੁੱਲ ਨਹੀਂ ਤੀ ਖਰੀਦਣਾ ਪੈਂਦਾ, ਘਰ ਦੀ ਚੀਜ਼ ਹੁੰਦੀ ਤੀ। ਪਰ ਅੱਜ ਸਮਾਂ ਇਹੋ ਜਿਹਾ ਪੰਜਾਬ 'ਚ ਚੱਲ ਰਿਹਾ, ਕਿੱਡਾ ਹੀ ਕਿਸਾਨ ਹੋਵੇ ਤਾਂ ਪਿਆਜ਼ਾਂ ਦੀ ਰੇਹੜੀ 'ਤੇ ਖੜ੍ਹਾ ਪਿਆਜ਼ ਖਰੀਦ ਰਿਹਾ ਹੁੰਦਾ, ਅਤੇ ਬੀਜਾਂ ਦੀ ਪਰੰਪਰਾ ਬਹੁਤ ਖਤਮ ਹੁੰਦੀ ਜਾ ਰਹੀ ਆ। ਹਾਈਬ੍ਰਿਡ ਆਪਾਂ ਕਿਸੇ ਦੇ ਗੁਲਾਮ ਨਾ ਬਣੋ, ਖੁਦ ਦੇ ਬਣੋ। ਅਤੇ ਬੀਜਾਂ ਬਾਰੇ, ਬੀਜ ਤਾਂ ਤਕਰੀਬਨ ਜਿਹੜੀ ਖੇਤੀ 'ਚ ਮੈਨੂੰ ਜ਼ਰੂਰਤ ਪੈਂਦੀ ਆ ਉਹ ਆਪਣੇ ਘਰ ਲਈ ਖੁਦ ਤਿਆਰ ਕੀਤਾ ਜਾਂਦਾ, ਅਤੇ ਕੁਝ ਬੀਜ ਨੇ ਉਹਨਾਂ ਵਿੱਚੋਂ ਮੈਂ ਜੋ ਇਹ ਪਹਿਲਾ ਬੀਜ ਹੈ ਇਹ ਰਾਗੀ ਦਾ ਬੀਜ ਆ ਜੀ, ਸਰ੍ਹੋਂ ਵਰਗੇ ਦਾਣੇ ਨੇ ਅਤੇ ਇਹਨੂੰ ਚੱਕੀ 'ਤੇ ਪਿਹਾ ਲਿਆ ਜਾਂਦਾ ਅਤੇ ਇਹਦਾ ਆਟਾ ਬਣਦਾ, ਜਾਣੀ ਬਿਸਕੁਟਾਂ ਤੋਂ ਲੈ ਕੇ ਹਰੇਕ ਚੀਜ਼ ਬਣ ਜਾਂਦੀ ਹੈ। ਅਤੇ ਅਗਲਾ ਹੈਗਾ ਜੀ ਜਮੈਣ, ਜੋ ਕਿ ਸਾਰੇ ਜਾਣਦੇ ਨੇ। ਇਹ ਮਾਫ਼ ਕਰਨਾ, ਜਿਵੇਂ ਤੁਸੀਂ ਰਾਗੀ ਦੇ ਇਸ ਬੀਜ ਬਾਰੇ ਦੱਸਿਆ, ਜਿਹੜੀ ਫਸਲ ਇਹਨੂੰ ਤਿਆਰ ਕਰਨ ਦਾ ਕੋਈ ਅੱਡ ਤਰੀਕਾ ਕਿ ਜਿਹੜੀ ਫਸਲ ਪੈਦਾ ਹੋਈ ਆ ਉਹੀ ਬੀਜ ਹੈ? ਹਾਂਜੀ, ਕੁਦਰਤੀ ਖੇਤੀ ਜਿਹੜੀ ਫਸਲ ਤਿਆਰ ਹੋਈ ਆ ਉਹ 'ਚ ਬੀਜ ਹੈ, ਇਹ 'ਚ ਕੋਈ ਆਪਾਂ ਖਾਸ ਨਹੀਂ ਕਰਨਾ ਪੈਂਦਾ। ਜਿਹੜਾ ਦੇਸੀ ਸੀਗਾ ਉਹਦੇ ਵਿੱਚ ਆਪਾਂ ਨੂੰ ਕੋਈ ਖਾਸ ਲਾਈਨ ਨਹੀਂ ਤੀ ਲਾਉਣੀ ਪੈਂਦੀ, ਜਿਹੜੀ ਉਹ ਬੰਦਾ ਨੇ ਉਹ ਹਾਈਬ੍ਰਿਡ 'ਚ ਕਰਨਾ ਪੈਂਦਾ ਆਪਣੇ। ਹਾਂਜੀ ਹਾਂਜੀ, ਇਹ ਜਮੈਣ ਹੈ ਅਤੇ ਇਹਦੇ ਬਾਰੇ ਸਾਰਿਆਂ ਨੂੰ ਪਤਾ। ਅਤੇ ਆਹ ਕਾਲੀ ਗਾਜਰ ਹੈ, ਰੰਗ ਕਾਲਾ, ਅਤੇ ਖਾਸ ਗੱਲ ਵੀ ਐਂਟੀ ਕੈਂਸਰ ਹੈ ਅਤੇ ਆਪਣੇ ਇਹ ਪੰਜਾਬ 'ਤੇ ਇਹਨੂੰ ਘੱਟ ਖਾਧਾ ਜਾਂਦਾ। ਕਾਲੀ ਗਾਜਰ ਆਪਣੀ ਸਿਹਤ ਲਈ ਆਉਣ ਵਾਲੇ ਸਮੇਂ ਲਈ ਚੰਗੀ ਚੀਜ਼ ਆ, ਕਾਲੀ ਗਾਜਰ ਜ਼ਰੂਰ ਖਾਣੀ ਚਾਹੀਦੀ ਹੈ ਅਤੇ ਕਿਸਾਨ ਨੂੰ ਬੀਜਣੀ ਵੀ ਚਾਹੀਦੀ ਆ। ਜਿਹੜੇ ਕਾਲੀ ਗਾਜਰ ਬਾਰੇ ਤੁਸੀਂ ਗੱਲ ਕਰ ਰਹੇ ਹੋ, ਇਹਦਾ ਜਿਹੜੇ ਇੱਕ ਬੂਟੇ 'ਚੋਂ ਕਿੰਨੇ ਕੁ ਬੀਜ ਨਿਕਲੇ ਆਉਂਦੇ ਨੇ, ਕਿੰਨੀ ਕੁ ਲੱਗ ਜਾਂਦੀ? ਹਾਂਜੀ, ਆ ਬੀਜ ਮੇਰੇ ਹਿਸਾਬ ਨਾਲ ਤਕਰੀਬਨ ਜੇ ਵਧੀਆ ਬਿਜਾਈ ਦਾ ਢੰਗ ਹੋਣਾ ਚਾਹੀਦਾ, ਜੇ ਦੂਰ ਦੂਰ ਲਾਏ ਨੇ ਤਾਂ ਝਾੜ ਵੱਧ ਜਾਂਦਾ, ਜੇ ਬੂਟੇ ਨੇੜੇ ਲਾਏ ਤਾਂ ਘੱਟ ਜਾਂਦਾ। ਅਤੇ ਖਾਸ ਗੱਲ ਹੈ ਵੀ ਮੇਰੇ ਹਿਸਾਬ ਨਾਲ ਇੱਕ ਬੂਟੇ ਤੋਂ 100-150 ਗ੍ਰਾਮ ਨਿਕਲ ਆਉਂਦੀ ਆ। ਜਿਵੇਂ ਭਿੰਡੀ ਰੱਖੀ ਹੋਈ ਹੈ, ਕਾਫੀ ਵੱਡੀ ਭਿੰਡੀ ਹੈ, ਬਾਕੀ ਬੀਜ ਨੇ ਜਿਹੜੇ ਤੁਸੀਂ ਕੱਢ ਕੇ ਰੱਖੇ ਹੋਏ ਨੇ, ਬਟ ਭਿੰਡੀ ਨੂੰ ਉਵੇਂ ਹੀ ਰੱਖਿਆ ਹੋ ਗਿਆ ਇਹਦੇ ਵਿੱਚ? ਹਾਂਜੀ, ਕੁਦਰਤੀ ਖੇਤੀ ਵਿੱਚ ਇੱਕ ਖਾਸ ਗੱਲ ਇਹ ਆ ਵੀ ਜੇ ਨੇਚਰ ਨਾਲ ਜੁੜਿਆ ਤਾਂ ਨੇਚਰ ਦੇ ਢੰਗ ਨਾਲ ਰੱਖੋ ਬੀਜ ਨੂੰ, ਉਹਦੇ ਅਸਲੀ ਰੂਪ 'ਚ ਰੱਖਿਆ ਗਿਆ। ਜਦੋਂ ਅਸੀਂ ਬੀਜ ਬੀਜਣਾ ਇਹ 'ਚੋਂ ਕੱਢ ਲਾਂਗੇ ਅਤੇ ਮਤਲਬ ਇਹ ਸੁਰੱਖਿਅਤ ਵੀ ਰਹੂਗਾ ਅਤੇ ਇਹਨੂੰ ਸਿੱਲਾਪਣ ਜਾਂ ਮੌਸਮਾਂ ਦੀ ਮਾਰ ਤੋਂ ਵੀ ਬਚਿਆ ਰਹੂਗਾ। ਜਿਹੜਾ ਭਿੰਡੀ ਦਾ ਬੀਜ ਇਹ ਵੀ ਜਿਵੇਂ ਔਰਗੈਨਿਕ ਤੁਸੀਂ ਪੌਦਾ ਉਗਾਇਆ ਹੋਇਆ ਉਹੀ, ਇਹਦੇ ਵਿੱਚ ਵੀ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ? ਹਾਂਜੀ, ਅਸੀਂ ਮਹਾਰਾਸ਼ਟਰ ਨਾਗਪੁਰ ਤੋਂ ਦੇਸੀ ਬੀਜਾਂ ਦੇ ਉਤਸਵ ਸੀਗਾ, ਉੱਥੋਂ ਖਰੀਦਿਆ ਸੀ ਬੀਜ, ਤਾਂ ਉੱਥੇ ਸਾਨੂੰ ਬਹੁਤ ਘੱਟ ਮਾਤਰਾ 'ਚ ਮਿਲਿਆ ਸੀ, ਪਰ ਉਹ 'ਚੋਂ ਵਧਾ ਕੇ ਆਪਣਾ ਬੀਜ ਬਣਾ ਰਹੇ ਹਾਂ। ਹਰ ਬੀਜ ਪਿਆ ਅਤੇ ਜਿਹੜਾ ਚਿੱਟਾ ਪਿਆਜ ਹੈ ਇਹ ਵੀ ਦਿਸ ਰਿਹਾ, ਇਹਦੇ ਇਹ ਇਹਦੇ ਬਾਰੇ ਦੱਸੋ। ਹਾਂ, ਜਿਹੜੀ ਹਰ ਹੈ ਜੀ ਇਹ
ਬੀਜ ਤੇ ਤਜਰਬਾ ਚੱਲ ਰਿਹਾ ਵੀ ਇੱਕ ਵਾਰੀ ਬੀਜ ਕੇ ਇਹ 5 ਸਾਲ ਤੱਕ ਹੋਊਗੀ ਤੇ ਸਾਲ ਦੇ ਵਿੱਚ 2 ਵਾਰੀ ਫਲ ਦੇਊਗੀ। ਤੇ ਬੂਟੇ ਖੜੇ ਨੇ, ਮੈਂ ਤੁਹਾਨੂੰ ਬਾਅਦ ਚ ਬੂਟੇ ਵੀ ਦਿਖਾ ਦਿੰਦਾ ਜਿਹਨਾਂ ਨੂੰ ਇਸ ਟਾਈਮ ਫਲ ਵੀ ਲੱਗਿਆ ਹੋਇਆ। ਇਹ ਜਿਹੜਾ ਪਿਆਜ਼ ਹੈ ਇਹ ਲਸਣ ਵਰਗਾ ਹੀ ਲੱਗ ਰਿਹਾ, ਇਹਦੇ ਬਾਰੇ ਵੀ ਦੱਸੋ। ਹਾਂਜੀ, ਇਹ ਚਿੱਟਾ ਪਿਆਜ਼ ਆਪਣੇ ਲਈ ਬਹੁਤ ਗੁਣਕਾਰੀ ਆ। ਪੁਰਾਣੇ ਸਮੇਂ ਚਿੱਟਾ ਪਿਆਜ਼ ਜਿਹਨੂੰ ਸਫੈਦ ਪਿਆਜ਼ ਕਿਹਾ ਜਾਂਦਾ ਉਗਾਇਆ ਜਾਂਦਾ ਤੇ ਇਹ ਮੈਡੀਸਨ 'ਚ ਹੀ ਵਰਤਿਆ ਜਾਂਦਾ। ਹਾਂਜੀ, ਅਤੇ ਇਹਨੂੰ ਸਾਰੇ ਜਾਣਦੇ ਮਰਿੰਗੇ ਦੀਆਂ ਬੀਜ ਨੇ ਜਿਹਨੂੰ ਸਵੰਜਣਾ ਕਿਹਾ ਜਾਂਦਾ, ਅਤੇ ਇਹਦੇ ਵਿੱਚ ਵੀ ਸੁਰੱਖਿਅਤ ਪਿਆ, ਜਦੋਂ ਬੀਜਾਂਗੇ ਬੜੇ ਆਰਾਮ ਨਾਲ ਹੋ ਜਾਂਦਾ। ਹਾਂਜੀ, ਇਹ ਕੱਦੂ ਦੇ ਬੀਜ ਨੇ ਘਈਆ, ਅਤੇ ਅਲੱਗ ਅਲੱਗ ਕਿਸਮ ਦਾ ਇਹ ਜੋ ਪੁਰਾਣੇ ਸਮੇਂ 'ਚ ਬੀਨ ਵਾਲਾ ਕਹਿੰਦੇ ਸੀਗੇ, ਆਹ ਮੋਟੇ ਸਾਈਜ਼ ਦਾ, ਆਹ ਹੋਰ ਹੈ, ਇਹਦੀਆਂ ਵੀ ਕਈ ਪ੍ਰਜਾਤੀਆਂ ਦੇ ਅਲੱਗ ਅਲੱਗ ਰੰਗਾਂ 'ਚ ਆ ਵੈਸੇ ਘੋਰੇ। ਇਹ ਜਿਹੜਾ ਤੁਸੀਂ ਜੋ ਵੀ ਰੱਖਿਆ ਹੋਇਆ, ਹਾਂਜੀ, ਇਹਦੇ ਵਿੱਚ ਛਣਕਾਈ ਅਤੇ ਬੀਜ ਦੀ ਆਵਾਜ਼। ਹਾਂਜੀ, ਵਕਤ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਵੀ ਸਮਾਂ ਜੇਕਰ ਲੰਘ ਜਾਂਦਾ ਤਾਂ ਇਹਦੇ ਬੀਜ ਵਿਚਲਾ ਖਰਾਬ ਨਹੀਂ ਹੁੰਦਾ, ਇੱਦਾਂ ਹੀ ਰੱਖਿਆ ਗਿਆ, ਕਿੰਨੀ ਦੇਰ ਤੱਕ ਰੱਖ ਸਕਦੇ ਹੋ? ਜੇ ਇਹ ਫੁੱਟਦਾ ਨਹੀਂ ਹੈਗਾ ਤਾਂ ਬੀਜ ਸੁਰੱਖਿਅਤ ਆ, ਜਦੋਂ ਫੁੱਟ ਗਿਆ ਨਵੀਂ ਅੰਦਰ ਚਲੀ ਗਈ ਹਵਾ ਚਲੀ ਗਈ ਤਾਂ ਬੀਜ ਵਿੱਚੇ ਉਂਗ ਰਿਹਾਊਗਾ, ਪਰ ਇਸ ਤਰ੍ਹਾਂ ਸੁਰੱਖਿਆ ਕਈ ਸਾਲ ਤੱਕ ਮੈਨੂੰ ਬਚਾ ਕੇ ਰੱਖ ਸਕਦੇ ਹਾਂ। ਇਹ ਅਸਲੀ ਕਵਚ ਹੈ ਇਹਦਾ, ਇਹ ਸੁਰੱਖਿਅਤ ਆ, ਕੱਢੋ ਬੀਜ ਤੋਂ। ਹਾਂਜੀ, ਸਾਰਿਆਂ ਦੇ ਵਿੱਚ ਤੁਸੀਂ ਸੇਮ ਇਹੀ ਇੱਕੋ ਤਰੀਕਾ ਜਿਹੜਾ ਅਪਣਾਉਂਦੇ ਹੋ? ਹਾਂ, ਬੀਜ ਸਾਂਭਣ ਦਾ ਤਰੀਕਾ ਉਹਦਾ ਅਸਲੀ ਹੁਣ ਅਸੀਂ ਕਣਕ ਦਾ ਬੀਜ ਰੱਖਿਆ ਕਿਉਂਕਿ ਬੀਜ ਕੀਮਤੀ ਨੇ, ਥੋੜ੍ਹੀ ਮਾਤਰਾ 'ਚ ਮਿਲਦੇ ਨੇ। ਕਣਕ ਸਾਡੀ ਮੋਢਿਆਂ ਤੱਕ ਉੱਚੀ ਸੀਗੀ, ਦੇਸੀ ਬੀਜ ਆ, ਅਤੇ ਉਹ ਬੱਲੀਆਂ ਸਣੇ ਰੱਖਿਆ, ਹਰੇਕ ਨੂੰ ਇਸ ਤਰ੍ਹਾਂ ਰੱਖਦੇ ਹਾਂ। ਪਪੀਤਾ ਵੀ ਤੁਸੀਂ ਜਿਹੜਾ ਲਗਾਇਆ ਹੈ ਉਹਦੇ ਵੀ ਤੁਸੀਂ ਦੱਸਿਆ ਸੀ ਜਿਵੇਂ ਵੀ ਇੱਕ ਤਜਰਬਾ ਕਰਕੇ ਦੇਖ ਰਹੇ ਹੋ ਵੀ ਕਿਵੇਂ ਹੈ ਨਾ ਪਾਣੀ ਕਿੰਨਾ ਘੱਟ ਲਗਾ ਕੇ ਉਹਨੂੰ ਜਿਉਂਦਾ ਰੱਖਿਆ ਜਾ ਸਕਦਾ, ਉੱਧਰ ਵੀ ਚੱਲਦੇ ਜੀ ਆਪਾਂ, ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਜੀ। ਜਿਵੇਂ ਗੁਰਮਿੱਤਰ ਜੀ, ਇਸ ਖੇਤ ਦੇ ਵਿੱਚ ਤੁਸੀਂ ਜਿਹੜਾ ਪਪੀਤਾ ਉਗਾਇਆ ਹੋਇਆ, ਪਰ ਜੇ ਦੇਖਿਆ ਜਾਵੇ ਪਪੀਤਾ ਤੁਹਾਡਾ ਸਾਰਾ ਸੁੱਕਿਆ ਪਿਆ, ਇਹਦੇ 'ਤੇ ਵੀ ਕੋਈ ਤੁਸੀਂ ਹੁਣ ਤਜਰਬਾ ਕਰਕੇ ਦੇਖ ਰਹੇ ਹੋ ਕੋਈ? ਹਾਂ ਜੀ, ਇਹਦੇ 'ਤੇ ਇਹ ਤਜਰਬਾ ਚੱਲ ਰਿਹਾ। ਇਹਨੂੰ ਪਾਣੀ ਪਿਛਲੇ ਲਾਇਆ ਸੀਗਾ 2018 'ਚ, ਹੁਣ ਗਰਮੀ ਅੰਤਾਂ ਦੀ ਲੰਘ ਚੁੱਕੀ ਆ ਅਤੇ ਹੁਣ ਬਰਸਾਤ ਦਾ ਮੌਸਮ ਨੇੜੇ ਆ ਚੁੱਕਿਆ। ਇਹਦੇ ਵਿੱਚ ਜਿਹੜਾ ਪੌਦਾ ਮਤਲਬ ਸੋਕਾ ਨਹੀਂ ਚੱਲ ਸਕਦਾ ਸੀਗਾ, ਉਹ ਮਰ ਗਿਆ, ਪਰ ਇਹਦੇ ਵਿੱਚ ਇਹ ਵੀ ਸੀਗਾ ਵੀ ਕੁਝ ਪੌਦੇ ਬਚਣਗੇ। ਜਿਹੜੇ ਪੌਦੇ ਸੋਕਾ ਝੱਲ ਕੇ ਬਚ ਚੁੱਕੇ ਨੇ, ਫਿਰ ਉਹਦਾ ਮੈਂ ਅਗਲੇ ਸਾਲ ਬੀਜ ਤਿਆਰ ਕਰੂੰਗਾ, ਅਤੇ ਉਹ ਬੀਜ ਦਾ ਮੈਨੂੰ ਲੱਗਦਾ ਵੀ ਜਿਹੜਾ ਸੋਕਾ ਝੱਲ ਕੇ ਬਚਦਾ ਮੌਸਮ ਨਾਲ ਲੜਨ ਦੀ ਤਾਕਤ ਆ ਉਹ 'ਚ, ਉਹ ਸਾਡੀ ਖੇਤੀ ਲਈ ਉਹ ਅਜੇ ਬੀਜ ਹੋਣੇ ਚਾਹੀਦੇ ਨੇ ਸੋਕਾ ਝੱਲਣ ਵਾਲੇ, ਇਸ ਲਈ ਉਹ ਬੀਜ ਬਣਾਇਆ ਜਾ ਰਿਹਾ, ਅਤੇ ਇਹਦੇ ਜਾਣੀ ਇਹ ਆਪਣੇ ਟੈਸਟ 'ਚੋਂ ਗੁਜ਼ਰ ਰਿਹਾ, ਮੌਸਮ ਨਾਲ ਸੋਕੇ ਨਾਲ ਲੜ ਰਿਹਾ। ਜਿਹੜਾ ਕਾਮਯਾਬ ਹੋ ਗਿਆ ਉਹ ਬੀਜ ਨੂੰ ਫਿਰ ਅਸੀਂ ਬੀਜ ਕੇ ਤਜਰਬਾ ਕਰਾਂਗੇ। ਲੰਬਾ ਜਿਹੜਾ ਸਮਾਂ ਤੁਹਾਨੂੰ ਲੱਗ ਜਾਂਦਾ ਹੈ ਤਜਰਬਾ ਕਰਨ ਦੇ ਵਿੱਚ, ਕਿਉਂਕਿ ਤੁਸੀਂ ਦੱਸਿਆ ਵੀ 2018 ਦੇ ਵਿੱਚ, ਹੁਣ 2019 ਚੱਲ ਰਿਹਾ, 1 ਸਾਲ ਦੇ ਕਰੀਬ, 1.5 ਸਾਲ ਦੇ ਕਰੀਬ ਜਿਹੜਾ ਵਕਤ ਹੋ ਚੁੱਕਿਆ, ਅਤੇ ਇਸ ਤੋਂ ਪਹਿਲਾਂ ਜਦੋਂ ਤੁਸੀਂ ਪਪੀਤੇ ਉਗਾਏ ਸੀ ਤਾਂ ਕਿੰਨਾ ਕੁ ਫਲ ਜਿਹੜਾ ਇਹਨੂੰ ਪੈ ਜਾਂਦਾ ਸੀ? ਤੁਸੀਂ ਦੱਸਿਆ ਵੀ ਔਰਗੈਨਿਕ ਸੀਗੇ ਇਹ। ਫਲ ਬਹੁਤ ਵਧੀਆ ਲੱਗਿਆ, ਪਰ ਐਤਕੀ ਜੋ ਫਰਵਰੀ ਮਾਰਚ ਗੋਲੇ ਪਏ ਉਹਨਾਂ ਨੇ ਸਾਰੀ ਕੁਆਲਿਟੀ ਖਰਾਬ ਕਰਤੀ। ਜਾਣੀ ਆਸ ਤੋਂ ਇੱਕ ਬੂਟੇ ਨੂੰ 20-40 ਕਿਲੋ ਤੱਕ ਦਾ ਫਲ ਲੱਗਿਆ ਹੋਇਆ ਸੀ, ਜੋ ਕਿ ਬਿਲਕੁਲ ਘੱਟ ਪਾਣੀ ਨਾਲ ਅਤੇ ਬਿਨਾਂ ਕੈਮੀਕਲਾਂ ਤੁਸੀਂ ਦੇਸੀ ਖਾਦਾਂ ਵੀ ਇਹਨੂੰ ਪਾਈਆਂ ਨਹੀਂ ਗਈਆਂ, ਸਿਰਫ ਚੈੱਕ ਕੀਤਾ ਜਾ ਰਿਹਾ ਸੀ। ਹਾਂਜੀ, ਇਹ ਹਰ ਹਰ ਦੀ ਫਸਲ ਹੈ ਜੋ ਸਾਲ ਦੇ ਵਿੱਚ 2 ਵਾਰੀ ਫਲ ਦਊਗੀ। ਇਸ ਵਾਰੀ ਇਹਨੂੰ ਫਲ ਘੱਟ ਤਾਂ ਲੱਗਿਆ ਹੋਇਆ ਕਿਉਂਕਿ ਇਹਨੂੰ ਪਾਣੀ ਨਹੀਂ ਲਾਇਆ, ਅਸੀਂ ਇਹਨੂੰ ਸੁੱਕ 'ਚ ਸੁਕਾਉਣਾ ਚਾਹੁੰਦੇ, ਪਰ ਹਰ ਬਿਲਕੁਲ ਹਰੀ ਰਹੀ ਅਤੇ ਪਾਣੀ ਤੋਂ ਬਿਨਾਂ ਕਾਮਯਾਬ, ਅਤੇ ਇਹਨੂੰ ਫਲ ਵੀ ਲੱਗਿਆ, ਅਤੇ ਇਹ 5 ਸਾਲ ਤੱਕ ਹੋਊ, ਬਾਕੀ ਤਜਰਬਾ 'ਤੇ ਚੱਲ ਰਿਹਾ।
ਤੁਸੀਂ ਕਿਹਾ ਵੀ ਤੁਸੀਂ ਆਪ ਇੰਡੀਵਿਜੁਅਲੀ ਖੇਤ ਵਿੱਚ ਕੰਮ ਕਰਦੇ ਹੋ, ਪਰ ਇੱਕ ਸਹਿਯੋਗ ਵੀ ਜ਼ਰੂਰੀ ਹੁੰਦਾ ਪਰਿਵਾਰ ਦਾ ਵੀ ਅਤੇ ਹੋਰ ਦਾ ਵੀ ਤਾਂ ਤੁਸੀਂ ਜਿਹੜਾ ਹੋਰ ਹੰਭਲੇ ਨਾਲ ਕੰਮ ਕਰ ਸਕਦੇ ਹੋ। ਇਕੱਲੇ ਹੀ ਕਰਦੇ ਹੋ ਕਿ ਨਾਲ ਪਰਿਵਾਰ ਦਾ ਸਹਿਯੋਗ ਵੀ ਹੈ? ਨਹੀਂ ਜੀ, ਕੁਦਰਤੀ ਖੇਤੀ 'ਚ ਸਾਰੇ ਪਰਿਵਾਰ ਦਾ ਸਹਿਯੋਗ ਹੋਣਾ ਜ਼ਰੂਰੀ ਹੈ। ਜੇ ਘਰ ਦਾ ਇੱਕ ਵੀ ਮੈਂਬਰ ਤੁਹਾਡਾ ਸਹਿਯੋਗ ਨਹੀਂ ਦੇ ਰਿਹਾ ਤਾਂ ਤੁਸੀਂ ਮਾਨਸਿਕ ਤੌਰ 'ਤੇ ਬਹੁਤ ਪਛੜ ਜਾਓਗੇ, ਪਰੇਸ਼ਾਨ ਹੋ ਜਾਓਗੇ। ਸਾਡੇ ਸਾਰੇ ਖੁਸ਼ਕਿਸਮਤੀ ਆ ਮੇਰੀ ਵੀ ਸਾਡਾ ਪਰਿਵਾਰ ਸਹਿਯੋਗ ਦੇ ਰਿਹਾ। ਬੇਟਾ ਜੀ ਵੀ ਨਾਲ ਨੇ, ਇਹ ਵੀ ਤੁਹਾਡਾ ਹੱਥ ਬਟਾ ਦਿੰਦੇ ਨਾਲ? ਹਾਂਜੀ ਹਾਂਜੀ, ਇਹ ਸ਼ੌਂਕ ਹੈ ਜਿਹੜਾ ਕੰਮ ਇਹਨੂੰ ਕਹਿਤਾ ਵੀ ਜ਼ੋਰ ਦਾ ਕੰਮ ਕਿੰਨਾ ਹੀ ਭਾਰੀ ਹੋਇਆ, ਉਹ ਇਹਨੇ ਕੰਮ ਬੜੇ ਆਰਾਮ ਨਾਲ ਕਰ ਦੇਣਾ ਤੇ ਇਹਨੂੰ ਸ਼ੌਂਕ ਹੈ ਕੰਮ ਕਰਾਉਣ ਦਾ ਨਾਲ। ਵੀ ਤੁਹਾਡੇ ਨਾਲ ਵੀ ਗੱਲ ਕਰਦੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫਾਦਰ ਸਾਹਿਬ ਕਾਫੀ ਲੰਬੇ ਅਰਸੇ ਤੋਂ ਜਿਹੜੀ ਔਰਗੈਨਿਕ ਖੇਤੀ ਕਰਦੇ ਆ ਰਹੇ ਨੇ, ਅੱਜ ਦੇ ਸਮੇਂ ਵਿੱਚ ਇਹ ਹੁੰਦਾ ਵੀ ਵੱਧ ਤੋਂ ਵੱਧ ਜਿਹੜਾ ਖੇਤੀ 'ਚੋਂ ਮੁਨਾਫਾ ਕਮਾਇਆ ਜਾ ਸਕੇ, ਪੈਸੇ ਦਾ ਯੁੱਗ ਹੈ, ਜੇਕਰ ਤੁਹਾਡੇ ਕੋਲ ਪੈਸਾ ਨਹੀਂ ਤਾਂ ਕੁਝ ਨਹੀਂ। ਪਰ ਇਹਨਾਂ ਦੀ ਖੇਤੀ ਹੈ ਜਿਹੜੀ ਕਰ ਰਹੇ ਨੇ, ਪੈਸਾ ਘੱਟ ਹੈ ਆਉਂਦਾ ਪਰ ਤਸੱਲੀ ਜ਼ਿਆਦਾ ਹੁੰਦੀ ਹੈ, ਤੁਸੀਂ ਫਿਰ ਕਿੱਦਾਂ ਸਹਿਯੋਗ ਕਰਦੇ ਹੋ? ਸਹਿਯੋਗ ਜੀ ਇੱਦਾਂ ਜਿਵੇਂ ਖੇਤ ਦੇ ਵਿੱਚ ਸਾਰਾ ਕੰਮ ਕੀਤਾ ਜਾਂਦਾ, ਜਿਵੇਂ ਲੋੜੀਂਦਾ ਕੰਮ ਫਸਲਾਂ ਦੇ ਨਾਲ ਅਤੇ ਹੋਰ ਹੱਥ ਉੱਥਾ ਕੇ ਬਟਾ ਦਿੰਦੇ ਹੋ ਕਿ ਘਰੀ ਬੈਠੇ ਰਹਿੰਦੇ ਹੋ? ਨਹੀਂ ਨਹੀਂ, ਘਰ ਦਾ ਕੰਮ ਵੀ ਚੱਲਦਾ ਰਹਿੰਦਾ, ਖੇਤਾਂ ਦਾ ਕੰਮ ਵੀ ਨਾਲ ਨਾਲ ਕਰਾਈਦਾ। ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਆਪਣੇ ਫਾਦਰ ਸਾਹਿਬ ਦੀ ਔਰਗੈਨਿਕ ਖੇਤ ਦੇ ਵਿੱਚੋਂ? ਨਵਾਂ ਸਿੱਖਣ ਨੂੰ ਮਿਲਦਾ, ਕੁਛ ਵੱਖਰਾ ਸਿੱਖਣ ਨੂੰ ਮਿਲਦਾ, ਜੋ ਨਹੀਂ ਪਤਾ ਹੁੰਦਾ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ ਕੁਛ ਨਵਾਂ। ਅਤੇ ਸਰਦਾਰ ਸਾਹਿਬ, ਜਿਹੜੀ ਤੁਸੀਂ ਖੇਤ ਦੇ ਵਿੱਚ ਘਈਏ ਦੀਆਂ ਬੇਲਾਂ ਗਾਈਆਂ ਹੋਈਆਂ ਨੇ, ਉਹ ਵੀ ਇਹਦੇ ਬਾਰੇ ਵੀ ਸਾਨੂੰ ਦੱਸੋ, ਕਿਉਂਕਿ ਜਿਵੇਂ ਕਿ ਦੇਖ ਰਿਹਾ ਵੀ ਜਮਾਂ ਹੀ ਸੁੱਕਾ ਪਿਆ ਖੇਤ, ਪਾਣੀ ਨਹੀਂ ਲੱਗ ਰਿਹਾ, ਤਾਂ ਇਹ ਕਿੱਦਾਂ ਜਿਹੜੀਆਂ ਸਰਵਾਈਵ ਕਰਦੀਆਂ ਨੇ, ਕਿੱਦਾਂ ਜੰਮ ਪੈਂਦੀਆਂ ਨੇ, ਜਦਕਿ ਅੱਜ ਕੱਲ੍ਹ ਦੇ ਪਾਣੀ ਦੇ ਵਿੱਚ ਤਾਂ ਬੰਦਾ ਊਂ ਮਰ ਜਾਂਦਾ ਹੈ? ਹਾਂਜੀ ਹਾਂਜੀ, ਇਹ ਖਾਸ ਗੱਲ ਤਾਂ ਇਹ ਆ ਵੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਦਾ, ਇਹ ਜੋ ਦੇਸੀ ਬੀਜ ਆ ਅਤੇ ਇਹਦੀ ਖਾਸ ਗੱਲ ਆ ਵੀ ਜਰਮੀਨੇਸ਼ਨ ਬਹੁਤ ਜ਼ਿਆਦਾ। ਵੈਸੇ ਮੈਂ ਇੰਨੀਆਂ ਬੇਲਾਂ ਰੱਖਣੀਆਂ ਦੂਰ ਦੂਰ ਕਰ ਦੇਣੀਆਂ ਨੇ, ਅਤੇ ਇਹ ਬੀਜ ਕੇ ਪਾਣੀ ਲਾਤਾ ਖਾਲੀ 'ਚ, ਅਤੇ ਉਹ ਤੋਂ ਬਾਅਦ ਜੰਮਿਆਈਆਂ ਗਾਹਾਂ, ਮੌਸਮ ਦਾ ਖਿਆਲ ਰੱਖੇ, ਗਾਹਾਂ ਬਰਸਾਤ ਦਾ ਮੌਸਮ ਆ ਜਾਣਾ। ਅਤੇ ਜੇ ਦੇਸੀ ਜਿਹੜੀਆਂ ਬੇਲਾਂ ਨੇ ਉਹਦੀ ਖਾਸੀਅਤ ਇਹ, ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਵੀ ਉਹ ਉਦੋਂ ਤੱਕ ਨਹੀਂ ਪਹਿਲਾਂ ਪਾਣੀ ਲਾਉਂਦੇ ਜਦ ਤੱਕ ਉਹਨੂੰ ਫੁੱਲ ਨਹੀਂ ਤੀ ਆ ਜਾਂਦੇ, ਉਹ ਗਡਾਈ ਉਹ ਕਰਦੇ ਰਹਿੰਦੇ ਸੀ, ਗਡਾਈ ਅਤੇ ਕਟਾਈ। ਪਰ ਹੁਣ ਗਡਾਈ ਦੇ ਲਈ ਵੀ ਇੱਕ ਹੋਰ ਚਮਤਕਾਰ, ਤੁਸੀਂ ਆਹ ਦੇਖੋ ਬਰੀਕ ਬਰੀਕ ਜੀਆਂ ਇਹ ਗੰਡੋਇਆਂ ਦੀਆਂ ਬਿੱਠਾਂ ਨੇ, ਅਤੇ ਗੰਡੋਇਆਂ ਵਿੱਚ ਆਪਣਾ ਹਲਵਾਈ ਦਾ ਕੰਮ ਸ਼ੁਰੂ ਕਰਤਾ ਅਤੇ ਗਡਾਈ ਵਿੱਚੋਂ ਹੋ ਰਹੀ ਆ, ਅਤੇ ਹੁਣ ਇਹਨੂੰ ਜਾਣੀ ਮੈਨੂੰ ਨਹੀਂ ਲੱਗਦਾ ਮੈਨੂੰ ਪਾਣੀ ਲਾਉਣਾ ਪਊਗਾ, ਆਪਣੇ ਆਪ ਹੋ ਜਾਣੀਆਂ ਨੇ। ਠੀਕ ਹੈ ਜੀ, ਖੇਤ ਵਿੱਚ ਇੰਨੀ ਨਵੀਂ ਥੋੜ੍ਹੀ ਸੀ ਜਿਹੜਾ ਔਰਗੈਨਿਕ ਬਣਾਇਆ ਹੋਇਆ, ਜ਼ਰੂਰਤ ਨਹੀਂ ਪੈਂਦੀ। ਅਤੇ ਦੂਜੀ ਗੱਲ ਇਹ ਹੈ ਵੀ ਖਾਦ ਆ ਜਿਹੜੀ ਉਹ ਗੁਰਦੁਆਰੇ ਵੱਲੋਂ ਆਪ ਮੁਹਾਰੀ ਤਿਆਰ ਕੀਤੀ ਜਾਂਦੀ ਹੈ, ਜੇਕਰ ਸਪਰੇਅ ਕੀਤੀ ਹੋਵੇ ਤਾਂ ਵਿਚਾਰੇ ਗੁਰਲੋਏ ਵੀ ਮਰ ਜਾਣ। ਹਾਂ, ਨੇਚਰ ਦੇ ਵਿੱਚ ਨੇਚਰ ਸਾਰਾ ਕੰਮ ਖੁਦ ਹੀ ਕਰ ਲੈਂਦੀ ਆ, ਕਿਸਾਨ ਨੂੰ ਸਿਰਫ ਆਉਣਾ ਜਾਣਾ ਪੈਂਦਾ ਖੇਤ 'ਚ ਡੇਲੀ। ਗੱਲ ਮੈਂ ਤੁਹਾਡੇ ਹੋਰ ਪੁੱਛਣੀ ਚਾਹਾਂਗਾ ਕਿ ਇੱਥੇ ਕੁਝ ਕੁ ਜਿਹੜੀ ਤੁਸੀਂ ਨਾੜ ਛੱਡਿਆ ਹੋਇਆ, ਇਹਦੇ ਬਾਰੇ ਜਾਣਕਾਰੀ ਦਿਓ, ਇਹ ਕੀ ਹੈ ਇਹ? ਹਾਂਜੀ, ਕਣਕ ਸੀਗੀ, ਹੁਣ ਬੱਲੀਆਂ ਤੋੜ ਲਈਆਂ, ਜਿੱਕਣ ਮੈਂ ਦੱਸਿਆ ਬੀਜ ਲਈ ਸੀ, ਬੱਲੀਆਂ ਪਹਿਲਾਂ ਰੱਖੀਆਂ ਨੇ, ਅੱਜ ਵੀ ਇਹ ਮੇਰੇ ਉਰੇ ਤੱਕ ਆ ਰਹੀ ਆ, ਪਰ ਜਦ ਬੱਲੀ ਸੀਗੀ ਇਹ ਕਣਕ ਮੋਢਿਆਂ ਤੱਕ ਸੀ। ਇਹ ਕੋਈ ਕਿਸਾਨ ਮੰਨਦੇ ਨਹੀਂ, ਕਿਸੇ ਨੂੰ ਫੋਟੋ ਦਿਖਾ ਦਿੰਦੇ ਆਪਣੀ ਦੇਸੀ ਕਣਕ ਉੱਚੀ ਹੁੰਦੀ ਆ ਜਾਂ ਉਹਦਾ ਨਾੜ ਵੀ ਇੰਨਾ ਭਾਰੀ ਹੁੰਦਾ ਵੀ ਉਹ ਹਨੇਰੀ ਨਾਲ ਢਹਿ ਨਹੀਂ ਸਕਦੀ, ਪਰ ਜਦ ਕਿਸਾਨ ਬਹੁਤ ਸਿਆਣਾ ਸਮਝ ਜਾਂਦਾ ਨਾੜ ਦੇਖ ਕੇ ਪਤਾ ਲੱਗ ਜਾਂਦਾ ਵੀ ਨਾੜ ਇੰਨਾ ਮੋਟਾ, ਬਾਕੀ ਇਹ ਢਹਿਣੇ ਵਾਲਾ ਨਹੀਂ, ਇਹ ਸਿਰਫ ਸਬੂਤ ਲਈ ਉਹ ਰੱਖਿਆ ਮਾੜਾ ਜਿਹਾ ਖੁੰਜਾ ਜਿਹਾ। ਗੱਲ ਇਹ ਆ ਵੀ ਜੇਕਰ ਆਪਾਂ ਗੱਲ ਕਰੀਏ ਕਿ ਅੱਜ ਕੱਲ੍ਹ ਸਮੇਂ ਵਿੱਚ ਔਰਗੈਨਿਕ ਫਸਲ ਆ ਜਿਹੜੀ ਉਹ ਕਿਹਾ ਜਾਂਦਾ ਝਾੜੇ ਦਾ ਘੱਟ ਹੁੰਦਾ ਪਰ ਵਿਕ ਮਹਿੰਗੀ ਜਾਂਦੀ ਹੈ, ਅਤੇ ਇਹ ਕਿੱਥੋਂ ਕੁ ਤੱਕ ਗੱਲ ਤੁਹਾਨੂੰ ਸਹੀ ਲੱਗਦੀ ਹੈ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਣਕ ਦੀ ਜਿਹੜਾ ਨਾੜ ਦੇਖ ਕੇ ਐਡਾ ਲੱਗਦਾ ਵੀ ਕਿੰਨੀ ਤੂੜੀ ਤੋਂ ਤਿਆਰ ਕੀਤੀ ਜਾ ਸਕਦੀ ਹੈ, ਬੱਲੀ ਇਹਦੀ ਕਿੱਡੀ ਹੋਊਗੀ? ਫਿਰ ਕੀ ਇਹ ਤੱਥ ਗਲਤ ਹੈ ਵੀ ਔਰਗੈਨਿਕ ਜਿਹੜੀ ਫਸਲ ਆ ਉਹ ਤੋਂ ਆਪਾਂ ਝਾੜ ਵੱਧ ਨਹੀਂ ਲੈ ਸਕਦੇ?
ਹਾਂ ਜੀ, ਉਹ ਸਮੱਸਿਆ ਉਹਨਾਂ ਕਿਸਾਨਾਂ ਨੂੰ ਆ ਰਹੀ ਹੈ ਜਿੱਥੇ ਪਾਣੀ ਦਾ ਖਿਆਲ ਨਹੀਂ ਰੱਖਿਆ ਜਾਂਦਾ। ਜੇ ਪਾਣੀ ਭਰ ਕੇ ਲੱਗ ਗਿਆ ਖੇਤ ਨੂੰ ਤਾਂ ਮਿੱਟੀ ਨੇ ਕਸੀ ਜਾਣਾ, ਜਾਂ ਫਿਰ ਉਹ ਧਰਤੀ ਪਹਿਲਾਂ ਹੀ ਇੰਨੀ ਕਮਜ਼ੋਰ ਹੋਈ ਹੁੰਦੀ ਆ, ਉਹ ਔਰਗੈਨਿਕ 'ਚ ਆਉਣ ਨੂੰ ਸਮਾਂ ਲੱਗ ਜਾਂਦਾ। ਆਮ 3 ਸਾਲ ਕਹਿੰਦੇ ਨੇ, ਕਈ ਜਗ੍ਹਾ 10 ਸਾਲ ਤੱਕ ਵੀ ਲੱਗ ਸਕਦਾ ਜੇ ਤੁਹਾਡੀ ਧਰਤੀ ਦੀ ਕੁਆਲਿਟੀ ਸਹੀ ਨਹੀਂ, ਪਾਣੀ ਦਾ ਸਿਸਟਮ ਗਲਤ ਹੋਇਆ ਹੋਇਆ। ਇਹ ਜਿਹੜੀ ਫਿਰ ਤੁਸੀਂ ਔਰਗੈਨਿਕ ਕਣਕ ਉਗਾਉਂਦੇ ਹੋ, ਇਹਦੇ ਲਈ ਕੋਈ ਅੱਡ ਬੀਜ ਹੈ? ਮੈਨੂੰ ਖੇਤੀ ਵਿਰਾਸਤ ਮਿਸ਼ਨ ਤੋਂ ਰਸਪਿੰਦਰ ਜੀ ਤੋਂ ਬੀਜ ਮਿਲਿਆ ਸੀ ਥੋੜ੍ਹਾ ਜਿਹਾ। ਇਹ ਬੀਜ ਬਣਾ ਰਿਹਾ ਅਤੇ ਅਸੀਂ ਕਿਸਾਨਾਂ ਦੇ ਆਪਣੇ ਜਿਹੜੇ ਕੁਦਰਤੀ ਖੇਤੀ ਕਰਦੇ ਨੇ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਵੰਡ ਦਾਂਗੇ ਵੀ ਇਹ ਬੀਜ ਉਗਾ ਕੇ ਦੇਖੋ। ਬਾਕੀ ਇਹਦੀ ਰੋਟੀ ਵੀ ਵਧੀਆ ਬਣਦੀ ਆ, ਅਤੇ ਇੱਕ ਦੂਜੇ ਨੂੰ ਜੇ ਦੇਸੀ ਬੀਜ ਬਚਾ ਕੇ ਵੰਡਾਂਗੇ ਤਾਂ ਹੀ ਕੁਦਰਤੀ ਖੇਤੀ ਵਧੂਗੀ, ਜੇ ਹਾਈਬ੍ਰਿਡ ਨਾਲ ਤਾਂ ਕੁਦਰਤੀ ਖੇਤੀ ਆਉਣੀ ਨਹੀਂ ਅੱਗੇ। ਹੋਰ ਵੀ ਜਿਵੇਂ ਸਮਾਂ ਕਾਫੀ ਤੁਹਾਨੂੰ ਹੋ ਗਿਆ ਹੈ ਔਰਗੈਨਿਕ ਖੇਤੀ ਕਰਦਿਆਂ ਨੂੰ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਹੋਰ ਅਲੱਗ ਕਰਨ ਬਾਰੇ ਸੋਚ ਰਹੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਦੇਸੀ ਬਾਗ ਲਾਉਣਾ ਚਾਹੁੰਦੇ ਸਾਰੇ ਖੇਤ 'ਚ, ਕਿਉਂਕਿ ਜਿਹੜੇ ਦੇਸੀ ਬਾਗ ਨੇ ਮਤਲਬ ਉਹ ਗੁਠਲੀ ਤੋਂ ਜਾਂ ਬੀਜ ਤੋਂ ਤਿਆਰ ਕੀਤਾ ਜਾਂਦਾ ਉਹਨੂੰ, ਮਤਲਬ ਜੇਕਰ ਆਪਾਂ ਕਲਮ ਤਾਂ ਤਿਆਰ ਕਰਦੇ ਹਾਂ ਉੱਕ ਨਹੀਂ ਕੀਤਾ ਜਾਂਦਾ। ਜੋ ਦੇਸੀ ਬੀਜ ਤੋਂ ਤਿਆਰ ਹੁੰਦਾ ਉਹਦੀ ਖਾਸੀਅਤ ਹੈ ਵੀ ਉਹ ਭਾਵੇਂ ਉਹਨੂੰ ਫਰੂਟ ਕਾਫੀ ਲੇਟ ਲੱਗਦਾ ਪਰ ਉਹਦੇ ਮੌਸਮ ਨਾਲ ਲੜਨ ਦੀ, ਸੋਕਾ ਝੱਲਣ ਦੀ, ਬਿਮਾਰੀਆਂ ਝੱਲਣ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਆ, ਅਤੇ ਉਹ ਲੰਬਾ ਸਮਾਂ ਦਿੰਦੇ ਨੇ, ਮਤਲਬ 100 ਸਾਲ ਤੋਂ ਵੱਧ ਸਮੇਂ ਤੱਕ ਉਹ ਫਰੂਟ ਦੇ ਸਕਦੇ ਨੇ ਤੁਹਾਨੂੰ। ਇਹ ਜਿਹੜਾ ਤੁਸੀਂ ਐਡਾ ਸ਼ਲਾਘਾ ਜੋ ਕੰਮ ਕਰ ਰਹੇ ਹੋ ਕਿ ਇੱਕ ਪਾਸੇ ਤਾਂ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕਿੰਨੇ ਹੀ ਸਮਰਸੀਬਲ ਮੋਟਰਾਂ ਰਾਹੀਂ ਹਜ਼ਾਰਾਂ ਮਿਲੀਅਨ ਟਨ ਜਿਹੜਾ ਪਾਣੀ ਜ਼ਮੀਨ 'ਚੋਂ ਕੱਢਦੇ ਨੇ, ਅਤੇ ਤੁਸੀਂ ਇੱਕ ਉਪਰਾਲਾ ਕਰ ਰਹੇ ਹੋ ਆਪਣੀ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਪਾਣੀ ਦੀ ਬੱਚਤ ਕੀਤੀ ਜਾ ਸਕੇ, ਅਤੇ ਹੋਰ ਜਿਹੜੇ ਕਿਸਾਨ ਖੇਤੀ ਕਰ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਹਾਂ ਜੀ, ਜਿਹੜਾ ਪਾਣੀ ਹੈ ਹਰੇਕ ਕਿਸਾਨ ਜਾਣਦਾ ਵੀ ਉਹਨੂੰ ਤਜਰਬਾ ਆਪਣੇ ਖੇਤ 'ਚ ਆਪ ਹੋ ਜਾਂਦਾ, ਕਿਉਂਕਿ ਜੇ ਉਹਨੂੰ ਕੁਛ ਸਮੇਂ ਬਾਅਦ ਟੋਟਾ 10 ਫੁੱਟ ਦਾ 20 ਫੁੱਟ ਦਾ ਪਾਉਣਾ ਪੈਂਦਾ, ਇਹਦਾ ਮਤਲਬ ਪਾਣੀ ਥੱਲੇ ਜਾ ਰਿਹਾ। ਪਰ ਗੱਲ ਇਹ ਆ ਵੀ ਮੈਂ 1.25 ਏਕੜ 'ਚ 1.5 HP ਦੀ ਮੋਟਰ ਨਾਲ ਖੇਤੀ ਕਰਦਾ ਅਤੇ ਸਰਕਾਰ ਤੋਂ ਪਾਣੀ ਫ੍ਰੀ ਨਹੀਂ ਲੈਂਦਾ, ਜੋ ਕਿ ਫ੍ਰੀ ਦੀ ਸਹੂਲਤ ਕਿਸਾਨਾਂ ਨੂੰ ਮਿਲੀ ਹੋਈ ਆ, ਕਿਉਂਕਿ ਜਦੋਂ ਕੋਈ ਚੀਜ਼ ਫ੍ਰੀ ਮਿਲ ਜਾਣੀ ਆ ਫਿਰ ਆਪਾਂ ਨੂੰ ਉਹਦੀ ਬੇਕਦਰੀ ਜੀ ਹੋ ਜਾਂਦੀ ਆ। ਬਾਕੀ ਪਾਣੀ ਖੇਤੀ ਲਈ ਇੰਨਾ ਜ਼ਿਆਦਾ ਜ਼ਰੂਰੀ ਨਹੀਂ, ਪਾਣੀ ਖੇਤੀ ਲਈ ਤਾਂ ਸਲਾਬ ਦੀ ਜ਼ਰੂਰਤ ਹੈ। ਜੇ ਖੇਤ 'ਚ ਸਲਾਬ ਬਣ ਗਈ, ਤੁਹਾਡਾ ਜੀਵਾਣੂ ਬਣ ਗਏ, ਬਾਰਿਸ਼ਾਂ ਦਾ ਪਾਣੀ ਖੇਤ ਸਟੋਰ ਕਰਨ ਲੱਗ ਗਿਆ, ਪੌਦੇ ਉਹ ਜਿਹਾ ਉਹ ਜਿਹੜੇ ਦੇਸੀ ਹੋਣਗੇ ਸੋਕਾ ਵੀ ਝੱਲਣ, ਤਾਂ ਪਾਣੀ ਦੀ ਸਮੱਸਿਆ ਨਹੀਂ ਹੈ। ਆਪਾਂ ਨੂੰ ਪਾਣੀ ਬਚਾਉਣਾ ਚਾਹੀਦਾ, ਆਉਣ ਵਾਲੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ। ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਜਿਹੜੀ ਤੁਸੀਂ ਇੰਨੀ ਬੇਸ਼ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਅਤੇ ਇਸ ਸਮੇਂ ਦੇ ਵਿੱਚ ਬਹੁਤ ਔਖਾ, ਕਿਉਂਕਿ ਜਿਵੇਂ ਕਹਿ ਦਈਏ ਉੱਦਮ ਅੱਗੇ ਲਕਸ਼ਮੀ ਪੱਖੇ ਅੱਗੇ ਪਾਉਣ ਵਾਲੀ ਗੱਲ ਹੈ। ਜੇਕਰ ਤੁਸੀਂ ਉਪਰਾਲਾ ਕਰੋਗੇ ਤਾਂ ਹੀ ਜਿਹੜਾ ਤੁਸੀਂ ਸਮਾਜ ਨੂੰ ਅਤੇ ਲੋਕਾਂ ਦੀ ਸੋਚ ਨੂੰ ਬਦਲ ਸਕਦੇ ਹੋ, ਅਤੇ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਸਰਦਾਰ ਗੁਰਮਿੱਤਰ ਸਿੰਘ ਜੀ, ਜੋ ਕਿ ਕਾਫੀ ਲੰਬੇ ਅਰਸੇ ਤੋਂ ਜਿਹੜੀ ਔਰਗੈਨਿਕ ਖੇਤੀ ਕਰਦੇ ਆ ਰਹੇ ਨੇ। ਜ਼ਮੀਨ ਘੱਟ ਹੈ ਪਰ ਹਰ ਜਗ੍ਹਾ ਦੇ ਵਿੱਚ, ਕਨਾਲ ਕਨਾਲ ਜਗ੍ਹਾ ਦੇ ਵਿੱਚ ਇਹਨਾਂ ਨੇ ਅਲੱਗ ਅਲੱਗ ਤੋਂ ਕੋਈ ਨਾ ਕੋਈ ਬੂਟੇ ਪੈਦਾ ਕੀਤੇ ਹੋਏ ਨੇ, ਜਿਸ ਵਿੱਚੋਂ ਚੰਗੀ ਆਮਦਨ ਜਿਹੜੀ ਕਮਾ ਰਹੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੇਕਰ ਪਾਣੀ ਦੀ ਸਮੱਸਿਆ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਹੈ, ਪਰ ਇਹਨਾਂ ਦਾ ਉਹ ਕਿਸਾਨਾਂ ਨੂੰ ਇੱਕ ਸੁਨੇਹਾ ਹੈ ਜੋ ਹਜ਼ਾਰਾਂ ਮਿਲੀਅਨ ਟਨ ਦੇ ਕਰੀਬ ਜਿਹੜਾ ਪਾਣੀ ਹੈ ਉਹ ਝੋਨੇ ਦੀ ਫਸਲ 'ਤੇ ਖਰਾਬ ਕਰ ਦਿੰਦੇ ਨੇ, ਮੱਕੀ ਦੀ ਫਸਲ 'ਤੇ ਖਰਾਬ ਕਰ ਦਿੰਦੇ ਨੇ, ਪਰ ਇਹਨਾਂ ਵੱਲੋਂ ਇੱਕ ਜਿਹੜਾ ਸੁਨੇਹਾ ਦਿੱਤਾ ਜਾ ਰਿਹਾ ਕਿ ਖੇਤੀ ਉਹ ਕਰੋ ਜਿਹੜੀ ਤੁਹਾਡੇ ਜੀਵਨ ਨੂੰ ਸੁਧਾਰ ਸਕੇ, ਤੁਹਾਡੀ ਜ਼ਮੀਨ ਨੂੰ ਸੁਧਾਰ ਸਕੇ। ਜ਼ਮੀਨ ਨੂੰ ਮਾਰੋ ਨਾ, ਜ਼ਮੀਨ ਨੂੰ ਜਿਉਂਦੀ ਰੱਖਣਾ।
ਇਸੇ ਇਹ ਕਿਸਾਨਾਂ ਤੋਂ ਜਿਹੜੇ ਹੋਰ ਕਿਸਾਨ ਸੀਧ ਲੈ ਕੇ ਆਪਣੀ ਜਿਹੜੀ ਖੇਤੀ ਨੂੰ ਹੋਰ ਵਧੀਆ ਕਰ ਸਕਦੇ ਨੇ। ਇਸੇ ਤਰ੍ਹਾਂ ਦੋਸਤੋ ਅਗਲੇ ਐਪੀਸੋਡ ਦੇ ਵਿੱਚ, ਅਗਲੇ ਅੰਨਦਾਤਾ ਸ਼ੋਅ ਦੇ ਵਿੱਚ ਇੱਕ ਹੋਰ ਸਫਲ ਕਿਸਾਨ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।